ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਸਿਖਤਾ ਕੰਨ ਤੇ ਮੇਰ ਕੀਏ ਮੇਰੋਹ ਤੇ ਕੰਨ ਕੀਨ ਸ੍ਰੀ ਗੁਰੂ ਗੋਬਿੰਦ ਸਿੰਘ ਕੇਵਲ ਦਾਨੀ ਦੀਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੋਹਿ ਆਨੋ ਅਬ ਮੈਂ ਆਪਣੀ ਕਥਾ ਬਖਾਨੋ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਚੋਡੀ ਪ੍ਰੀਤਮ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਉਸ ਪਾਵਨ ਪਵਿੱਤਰ ਤਖ਼ਤ ਉੱਤੇ ਜਿੱਥੇ ਅੱਜ ਤੋਂ 352 ਸਾਲ ਪਹਿਲਾਂ ਧਰਮ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਸਿਰਜਣਾ ਕਰਨ ਹਿੱਤ ਜ਼ੁਲਮ ਦਾ ਨਾਸ਼ ਕਰਨ ਵਾਸਤੇ ਮੇਰੇ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਅਵਤਾਰ ਧਾਰਨ ਕੀਤਾ ਹੈ। ਉਹਨਾਂ ਸਤਿਗੁਰਾਂ ਦੇ ਅਵਤਾਰ ਗੁਰਪੁਰਬਾਂ ਨੂੰ ਮਨਾਉਂਦਿਆਂ ਹੋਇਆਂ ਸੰਗਤਾਂ ਪਿਛਲੇ ਦਿਨਾਂ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹੋਈਆਂ ਹਾਜ਼ਰੀ ਭਰਦੀਆਂ ਹੋਈਆਂ ਮਨ ਇੱਛਤ ਦਾਤਾਂ ਪ੍ਰਾਪਤ ਕਰਦੀਆਂ ਹੋਈਆਂ ਸੇਵਾ ਸਿਮਰਨ ਸਤਸੰਗਤ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਆਪ ਜੀ ਨੇ ਸ਼ਾਮ ਦੇ ਦੀਵਾਨ ਵਿੱਚ ਤਖ਼ਤ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਸੋਦਰ ਦੀ ਚੌਂਕੀ ਤੋਂ ਉਪਰੰਤ ਪਾਵਨ ਪਵਿੱਤਰ ਗੁਰੂ ਕੀ ਗੁਰਬਾਣੀ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਪਾਵਨ ਪਵਿੱਤਰ ਜਸ ਸਰਵਣ ਕਰਕੇ ਅਰਦਾਸ ਵਿੱਚ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਸ੍ਰੀ ਮੁਖਵਾਕ ਸਰਵਣ ਕੀਤੇ ਹਨ। ਸਮਾਂ ਬਹੁਤ ਸੰਕੋਚਵਾਂ ਹੈ। ਕਲਗੀਧਰ ਪਾਤਸ਼ਾਹ ਧੰਨ ਸਤਿਗੁਰੂ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਪਣੀ ਪਾਵਨ ਪਵਿੱਤਰ ਰਸਨਾ ਦੁਆਰਾ ਜੋ ਬਾਣੀ ਸ੍ਰੀ ਵਿਚਿੱਤਰ ਨਾਟਕ ਦੇ ਅੰਦਰ ਆਪ ਉਚਾਰਨ ਕੀਤੀ ਹੈ, ਉਸ ਪਾਵਨ ਸਤਿਗੁਰਾਂ ਦੀ ਬਾਣੀ ਜੋ ਸਤਿਗੁਰਾਂ ਦੀ ਅਵਤਾਰ ਦੀ ਕਥਾ ਆਪ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੁਆਰਾ ਲਿਖੀ ਹੈ, ਸੰਸਾਰ ਅੰਦਰ ਵੱਡੇ ਵੱਡੇ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਹੋਏ, ਵੱਡੀਆਂ ਵੱਡੀਆਂ ਮਹਾਨ ਹਸਤੀਆਂ ਹੋਈਆਂ, ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਇਹ ਪਹਿਲ ਨਹੀਂ ਕੀਤੀ ਕਿ ਆਪਣੇ ਜੀਵਨ ਦੀ ਆਪ ਆਤਮ ਕਥਾ ਲਿਖੀ ਹੋਈ ਹੋਵੇ। ਇਹ ਪਹਿਲੇ ਸਤਿਗੁਰੂ ਜੀ ਇਸ ਲੋਕਾਈ ਦੇ ਖੰਡਾਂ ਬ੍ਰਹਿਮੰਡਾਂ ਦੇ ਮੇਰੇ ਸਤਿਗੁਰੂ ਮਾਲਕ ਹਨ, ਅਵਤਾਰ ਹਨ, ਜਿਨ੍ਹਾਂ ਨੇ ਆਪਣੀ ਪਾਵਨ ਰਸਨਾ ਤੋਂ ਆਪ ਆਪਣੇ ਪਾਵਨ ਪਵਿੱਤਰ ਜਨਮ ਦੀ ਅਵਤਾਰ ਦੀ ਆਤਮ ਕਥਾ ਆਪ ਲਿਖਣਾ ਕੀਤੀ ਔਰ ਉਚਾਰਨ ਕੀਤੀ ਹੈ। ਜੋ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਆਤਮ ਕਥਾ ਲਿਖੀ ਹੈ, ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਬ ਮੈਂ ਆਪਣੀ ਕਥਾ ਬਖਾਨੋ। ਖਾਲਸਾ ਜੀ, ਹੁਣ ਅਸੀਂ ਆਪਣੇ ਜੀਵਨ ਦੀ ਜੋ ਸਾਡੀ ਆਤਮ ਕਥਾ ਹੈ, ਅਵਤਾਰ ਦੀ ਕਥਾ ਹੈ, ਉਸ ਦਾ ਵਿਖਿਆਨ ਖੋਲ੍ਹ ਕੇ ਆਪ ਜੀ ਨੂੰ ਦੱਸਦੇ ਹਾਂ ਕਿ ਕਿਵੇਂ ਅਸੀਂ ਮਾਤ ਲੋਕ ਤੇ ਜੀਵਾਂ ਦਾ ਅਤੇ ਲੋਕਾਈ ਦਾ ਭਲਾ ਕਰਨ ਵਾਸਤੇ, ਲੋਕਾਈ ਦਾ ਉਧਾਰ ਕਰਨ ਵਾਸਤੇ ਮਾਤ ਲੋਕ ਦੇ ਉੱਤੇ ਆਉਣਾ ਕੀਤਾ ਹੈ। ਤਪ ਸਾਧਤ ਜਿਹੇ ਬਿਦ ਮੋਹਿ ਆਨੋ। ਅਸੀਂ ਹੇਮਕੁੰਡ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਉਸ ਮਹਾਨ ਤਪੱਸਿਆ ਦੇ ਵਿੱਚ ਲੀਨ ਸਾਂ, ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਵਾਸਤੇ ਉਹ ਮਹਾਨ ਤਪ ਦੇ ਸਾਧਨ ਕਰ ਰਹੇ ਸਾਂ, ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਸਾਡੇ ਉੱਤੇ ਅਤਿ ਪ੍ਰਸੰਨ ਹੋਏ। ਸਾਡਾ ਨਿਸ਼ਚਾ ਹੈ, ਭਰੋਸਾ ਹੈ, ਵਿਸ਼ਵਾਸ ਹੈ ਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ, ਔਰ ਇਹੀ ਗੁਰਸਿੱਖ ਦਾ ਨਿਸ਼ਚਾ ਔਰ ਭਰੋਸਾ ਹੋਣਾ ਚਾਹੀਦਾ ਦਸਾਂ ਗੁਰੂ ਸਾਹਿਬਾਨਾਂ ਉੱਤੇ। ਪ੍ਰਸਾਦ ਸਿੰਘ ਜੀ ਸਾਡੇ ਸਮਝਾਉਣ ਗੋਚਰੇ ਸਤਿਗੁਰੂ ਜੀ ਉਹ ਵਿਖਿਆਨ ਇਸ ਤਰ੍ਹਾਂ ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਹਨ ਕਿ ਸਾਨੂੰ ਮਹਾਨ ਤਪੱਸਿਆ ਦੀ ਸਾਧਨਾ ਕਰਦਿਆਂ ਹੋਇਆਂ ਜਿਵੇਂ ਮਾਤ ਲੋਕ ਤੇ ਅਕਾਲ ਪੁਰਖ ਜੀ ਨੇ ਆਪ ਲੈ ਕੇ ਆਉਣਾ ਕੀਤਾ ਹੈ, ਉਹ ਸਾਰਾ ਕਾਰਨ ਤੁਹਾਨੂੰ ਸਮਝਾਉਂਦੇ ਹਾਂ। ਹੇਮਕੁੰਟ ਪਰਬਤ ਹੈ ਜਹਾਂ, ਉੱਤਰਖੰਡ ਦੇ ਇਲਾਕੇ ਵਿੱਚ ਜਿਸ ਨੂੰ ਹੇਮਕੁੰਟ ਪਰਬਤ ਬੜੀਆਂ ਪ੍ਰਸਿੱਧ ਬਰਫੀਲੀਆਂ ਚੋਟੀਆਂ ਦਾ ਇਲਾਕਾ ਕਰਕੇ ਜਾਣਿਆ ਜਾਂਦਾ ਹੈ, ਜਿਹੜਾ ਹਿੰਦੁਸਤਾਨ ਔਰ ਚੀਨ ਦੇ ਬਾਰਡਰ ਦੇ ਨਾਲ ਲੱਗਦਾ ਹੈ, ਉਸ ਹੇਮਕੁੰਟ ਹੇਮ ਦੇ ਭਾਵ ਬਰਫ ਦੇ ਜਿਹੜੇ ਵੱਡੇ ਵੱਡੇ ਪਰਬਤ ਸਨ, ਵੱਡੀਆਂ ਪਹਾੜੀਆਂ ਸਨ, ਜਿੱਥੇ ਅਸੀਂ ਰਹਿ ਕੇ ਪਿਛਲੇ ਜੀਵਨ ਕਾਲ ਦੇ ਵਿੱਚ ਮਹਾਨ ਤਪੱਸਿਆ ਕੀਤੀ ਹੈ। ਸਪਤ ਸਰਿੰਗ ਸੋਭਤ ਹੈ ਤਹਾਂ, ਉੱਥੋਂ ਦੀ ਅਗਲੀ ਨਿਸ਼ਾਨਦੇਹੀ ਕਰਦੇ ਆ ਮੇਰੇ ਸਤਿਗੁਰੂ ਕਿ ਜਿੱਥੇ ਸੱਤ ਨਾਲ ਹੋਰ ਵੀ ਪਹਾੜਾਂ ਦੀਆਂ ਚੋਟੀਆਂ, ਉੱਚੇ ਉੱਚੇ ਪਹਾੜ ਜਿੱਥੇ ਕੁਦਰਤ ਵੱਲੋਂ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹੈ, ਉਸ ਦੇ ਇਰਦ ਗਿਰਦ
ਇਹ ਸੱਤ ਪਹਾੜ ਦੀਆਂ ਚੋਟੀਆਂ ਬਣੀਆਂ ਹੋਈਆਂ ਸੁਭਾਏਮਾਨ ਹਨ। ਸਪਤ ਸ੍ਰਿੰਗ ਤੇ ਨਾਮ ਕਹਾਵਾ, ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਨੂੰ ਸੱਤ ਸ੍ਰਿੰਗਾਂ ਭਾਵ ਸੱਤ ਚੋਟੀਆਂ ਵਾਲਾ ਸਪਤ ਸ੍ਰਿੰਗ ਪਹਾੜ ਵੀ ਕਿਹਾ ਜਾਂਦਾ ਹੈ। ਪਾਂਡ ਰਾਜ ਜਹ ਜੋਗ ਕਮਾਵਾ, ਜਿੱਥੇ ਪਾਂਡਵਾਂ ਦੇ ਵੱਡੇ ਵਡੇਰੇ ਪੰਡੂ ਰਾਜੇ ਨੇ ਆਪ ਜੋਗ ਦੀ ਸਾਧਨਾ ਕੀਤੀ। ਤੀਜੀ ਨਿਸ਼ਾਨੀ ਦੱਸਦੇ ਹੈ ਕਿ ਪੰਡੂ ਰਾਜ ਨੇ ਜਿੱਥੇ ਬੜਾ ਰਾਜ ਜੋਗ ਦੀ ਸਾਧਨਾ ਕੀਤੀ ਔਰ ਵਾਹਿਗੁਰੂ ਦੀ ਪ੍ਰਾਪਤੀ ਦੇ ਸਾਧਨ ਕੀਤੇ ਮੁਕਤੀ ਵਾਸਤੇ। ਤਹਿ ਹਮ ਅਧਿਕ ਤਪੱਸਿਆ ਸਾਧੀ, ਉੱਥੇ ਅਸੀਂ ਅਧਿਕ ਤੋਂ ਅਧਿਕ ਬਹੁਤੀ ਤੋਂ ਬਹੁਤੀ ਵਾਹਿਗੁਰੂ ਦੀ ਪ੍ਰਾਪਤੀ ਦੀ ਤਪੱਸਿਆ ਦੀ ਸਾਧਨਾ ਕੀਤੀ ਹੈ। ਮਹਾਕਾਲ ਕਾਲ ਕਾ ਅਰਾਧੀ, ਇਹਦੀ ਅਰਾਧਨਾ ਕੀਤੀ ਜੋ ਮਹਾਕਾਲ ਦਾ ਵੀ ਕਾਲ ਸਰੂਪ ਹੈ। ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ, ਐਸਾ ਜੋ ਕਾਲ ਦਾ ਵੀ ਮਹਾਕਾਲ ਹੈ ਜਿਸ ਨੂੰ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਹਾ ਜਾਂਦਾ ਹੈ, ਉਸ ਦੇ ਅਰਾਧੀ, ਉਸ ਨੂੰ ਅਰਾਧਣ ਵਾਲੇ, ਧਿਆਉਣ ਵਾਲੇ, ਉਸ ਦੇ ਉਪਾਸ਼ਕ ਬਣ ਕੇ ਅਸੀਂ ਆਪਣੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਾਧਨਾ ਕੀਤੀ ਆ, ਉਸ ਦੇ ਨਾਮ ਦਾ ਸਿਮਰਨ ਕੀਤਾ, ਅਰਾਧੀ ਬਣ ਕੇ ਉਸ ਦੀ ਬੰਦਗੀ ਕੀਤੀ ਹੈ। ਇਹ ਬਿਦ ਕਰਤ ਤਪੱਸਿਆ ਭਇਓ, ਦੁਨੀਆਂ ਤਪ ਕਰਦੀ ਹੈ ਰਿੱਧੀਆਂ ਸਿੱਧੀਆਂ ਵਾਸਤੇ, ਦੁਨੀਆਂ ਤਪ ਕਰਦੀ ਹੈ ਸੰਸਾਰ ਦੇ ਸੁੱਖ ਲੈਣ ਵਾਸਤੇ, ਪਰ ਅਸੀਂ ਵਾਹਿਗੁਰੂ ਦੀ ਪ੍ਰਸੰਨਤਾ ਵਾਸਤੇ ਮਹਾਨ ਤਪ ਕੀਤਾ। ਤਪੱਸਿਆ ਦਾ ਫਲ ਆਪਣੇ ਇਸ਼ਟ ਦੀ ਪ੍ਰਸੰਨਤਾ ਹੋਇਆ ਕਰਦਾ ਹੈ। ਮੇਰੇ ਵਾਹਿਗੁਰੂ ਦੀ ਐਸੀ ਤਪੱਸਿਆ ਕੀਤੀ, ਐਸੀ ਮਹਾਨ ਘਾਲਣਾ ਕਰਦਿਆਂ ਕਰਦਿਆਂ ਜਦੋਂ ਇਸ ਤਰ੍ਹਾਂ ਸਮਾਂ ਗੁਜ਼ਰ ਗਿਆ, ਦੁਆ ਤੇ ਇੱਕ ਰੂਪ ਹੋਇਆ ਗਏ, ਅਸੀਂ ਦੋ ਤੋਂ ਇੱਕ ਰੂਪ ਭਾਵ ਵਾਹਿਗੁਰੂ ਤੋਂ ਜੁਦੇ ਨਹੀਂ ਰਹਿ ਗਏ, ਕਿਉਂਕਿ ਸਤਯੁਗ ਦੇ ਵਿੱਚ 36,000 ਵਰੇ ਆਪ ਜੀ ਨੇ ਦੁਸ਼ਟ ਦਮਨ ਦੇ ਰੂਪ ਵਿੱਚ ਤਾਂ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ ਮਹਾਨ ਤਪ ਕੀਤਾ, ਜਿੱਥੇ ਗੋਦਾਵਰੀ ਉਦੋਂ ਦੁੱਧ ਦੀ ਵਗਿਆ ਕਰਦੀ, ਜਿੱਥੇ ਵੱਡੇ ਵੱਡੇ ਰਿਸ਼ੀ ਮੁਨੀ ਤਪੱਸਵੀ ਤਪ ਕਰਦੇ, ਉੱਥੇ ਹਜ਼ੂਰ ਨੇ ਫਿਰ ਹਜ਼ਾਰਾਂ ਹੀ ਕਸਾਈਆਂ ਕੋਲੋਂ ਹਜ਼ਾਰਾਂ ਲੱਖਾਂ ਹੀ ਗਾਵਾਂ ਜਿਉਂਦੀਆਂ ਛੁਡਾ ਕੇ ਗਾਵਾਂ ਦੀ, ਮਜ਼ਲੂਮਾਂ ਦੀ ਰੱਖਿਆ ਕੀਤੀ। ਉਸ ਤੋਂ ਬਾਅਦ ਮੇਰੇ ਸਤਿਗੁਰੂ ਜੀ ਫਿਰ ਹੇਮਕੁੰਡ ਸਾਹਿਬ ਜੀ ਦੇ ਪਰਬਤ ਤੇ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਚੌਂਕੜਾ ਲਾਇਆ, ਮਹਾਨ ਤਪ ਕੀਤਾ। ਇਉਂ ਤਪ ਕਰਦਿਆਂ ਸਤਯੁਗ ਤੋਂ ਲੈ ਕੇ ਦੋ ਤੋਂ ਇੱਕ ਰੂਪ ਹੋ ਗਏ, ਵਾਹਿਗੁਰੂ ਵਿੱਚ ਅਭੇਦ ਹੋ ਗਏ। ਤਾਤ ਮਾਤ ਮੁਰ ਅਲੱਖ ਅਰਾਧਾ, ਇੱਧਰ ਸਾਡੇ ਤਾਤ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਮਾਤ ਗੁਜਰ ਕੌਰ ਜੀ ਨੇ ਵੀ ਉਹ ਜੋ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਲਖਿਆ ਨਹੀਂ ਜਾ ਸਕਦਾ, ਐਸਾ ਅਲੱਖ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਦੇ ਨਾਮ ਦੀ ਉਹਨਾਂ ਨੇ ਵੀ ਮਹਾਨ ਘਾਲਣਾ ਘਾਲੀ ਹੈ। ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਭੋਰਾ ਸਾਹਿਬ ਵਿੱਚ 26 ਵਰੇ ਤੋਂ ਉੱਤੇ 26 ਸਾਲ 9 ਮਹੀਨੇ 13 ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਤਪੱਸਿਆ ਨਾਮ ਦੀ ਕਮਾਈ ਕੀਤੀ। ਇਉਂ ਸਾਡੇ ਪਿਤਾ ਅਤੇ ਮਾਤਾ ਜੀ ਨੇ ਉਸ ਵਾਹਿਗੁਰੂ ਪਰਮੇਸ਼ਰ ਅਲੱਖ ਦਾ ਆਰਾਧਨ ਕੀਤਾ ਹੈ। ਬਹੁ ਵਿਧ ਯੋਗ ਸਾਧਨਾ ਸਾਧਾ, ਉਹਨਾਂ ਨੇ ਵੀ ਯੋਗ ਦੀਆਂ ਵਾਹਿਗੁਰੂ ਨਾਲ ਜੁੜਨ ਦੀ ਬੜੀ ਸਾਧਨਾ ਸਿੱਧ ਕੀਤੀ, ਪ੍ਰਾਪਤ ਕੀਤੀ।
ਆਪਣੀ ਤਪੱਸਿਆ ਦੇ ਵਿੱਚ ਸੰਪੂਰਨ ਹੋਏ, ਸਫਲ ਹੋਏ, ਪ੍ਰਵਾਨ ਹੋਏ। ਤਿੰਨ ਜੋ ਕਰੀ ਅਲਖ ਕੀ ਸੇਵਾ। ਸਾਡੇ ਪਿਤਾ ਔਰ ਮਾਤਾ ਜੀ ਦਾ ਇੱਛਾ ਸੀ, ਸੰਕਲਪ ਸੀ ਕਿ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਸਾਡੇ ਘਰ ਵਿੱਚ ਆ ਕੇ ਪ੍ਰਗਟ ਹੋਵੇ। ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਜਦੋਂ ਉਹਨਾਂ ਨੇ ਐਸੇ ਮੇਰੇ ਵਾਹਿਗੁਰੂ ਦੀ ਅਲਖ ਜੋ ਮਨ ਬਿਰਤੀ ਦੁਆਰਾ ਬੁੱਧੀ ਕਰਕੇ ਲਿਖਿਆ ਨਹੀਂ ਜਾਂਦਾ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਦੀ ਸਾਧਨਾ ਕਰਦਿਆਂ ਉਸ ਦੇ ਨਾਮ ਦੀ ਸੇਵਾ ਕੀਤੀ, ਕਮਾਈ ਕੀਤੀ, ਉਹਨੂੰ ਯਾਦ ਕੀਤਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਗੁਰਦੇਵ ਵਾਹਿਗੁਰੂ ਪਰਮੇਸ਼ਰ ਜੀ ਸਾਡੇ ਤੇ ਅਤਿ ਪ੍ਰਸੰਨ ਹੋਏ, ਦਿਆਲੂ ਹੋਏ ਸਾਡੇ ਪਿਤਾ ਔਰ ਮਾਤਾ ਜੀ ਦੇ ਉੱਤੇ। ਤਿੰਨ ਪ੍ਰਭ ਜਬ ਆਏ ਸਮੂਹੇ ਦੀਆ, ਉਸੇ ਪ੍ਰਭੂ ਨੇ ਸਾਨੂੰ ਇਹ ਆਗਿਆ ਦਿੱਤੀ, ਹੁਕਮ ਦਿੱਤਾ, ਤਬ ਹਮ ਜਨਮ ਕਲੂ ਮਹਿਲੀਆ। ਸੱਤ ਯੁਗ ਤੋਂ ਲੈ ਕੇ ਤ੍ਰੇਤਾ ਦੁਆਪਰ ਤੱਕ ਤਪ ਕਰਦੇ ਰਹੇ, ਕਲਯੁਗ ਦਾ ਵੀ 5000 ਵਰ੍ਹਾ ਬੀਤ ਗਿਆ, ਫੇਰ ਅਸੀਂ ਵਾਹਿਗੁਰੂ ਜੀ ਦੀ ਆਗਿਆ ਵਿੱਚ ਆ ਕਰਕੇ ਇਸ ਮਾਤ ਲੋਕ ਦੇ ਇਸ ਪਾਵਨ ਧਰਤੀ ਦੇ ਉੱਤੇ ਆ ਕਰਕੇ ਅਵਤਾਰ ਧਾਰਨ ਕੀਤਾ ਕਲਯੁਗ ਦੇ ਵਿੱਚ। ਚਿਤ ਨਾ ਭਇਓ ਹਮਰੋ ਆਵਨ ਕਹਿ। ਸਾਡਾ ਚਿਤ ਨਹੀਂ ਚਾਹੁੰਦਾ ਸੀ ਕਿ ਅਸੀਂ ਮਾਤ ਲੋਕ ਤੇ ਸੰਸਾਰ ਤੇ ਆਈਏ ਦੁਬਾਰਾ। ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ। ਸਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਇੰਨੀ ਖੁੱਭੀ ਹੋਈ ਸੀ, ਮਿਲੀ ਹੋਈ ਸੀ, ਇੰਨੀ ਇੱਕ ਮਿਕਤਾ ਸਾਨੂੰ ਪ੍ਰਾਪਤ ਹੋਈ ਸੀ ਕਿ ਅਸੀਂ ਇਸ ਮਾਤ ਲੋਕ ਤੇ ਆਉਣਾ ਨਹੀਂ ਚਾਹੁੰਦੇ ਸਾਂ। ਜਿਉਂ ਤੋਂ ਪ੍ਰਭ ਹਮਕੋ ਸਮਝਾਇਓ। ਜਿਵੇਂ ਕਿਵੇਂ ਮੇਰੇ ਵਾਹਿਗੁਰੂ ਨੇ ਸਾਨੂੰ ਬਾਰ ਬਾਰ ਸਮਝਾਇਆ, ਬਾਰ ਬਾਰ ਆਗਿਆ ਕੀਤੀ, ਹੁਕਮ ਕੀਤਾ, ਇਮ ਕਹਿ ਕੇ ਇਹ ਲੋਕ ਪਠਾਇਓ। ਇਹ ਆਗਿਆ ਦੇ ਕੇ, ਹੁਕਮ ਦੇ ਕੇ ਮਾਤ ਲੋਕ ਤੇ ਇਸ ਤਰ੍ਹਾਂ ਭੇਜਿਆ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚੌਪਈ। ਆਖੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿੰਨੀ ਨਿਮਰਤਾ ਹੈ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਾਕਸ਼ਾਤ ਪ੍ਰਤੱਖ ਹੋ ਕੇ ਸਾਨੂੰ ਬਾਚ ਬਚਨ ਕੀਤੇ ਨਾ, ਜੋ ਇਸ ਕੀਟ ਪ੍ਰਤੀ, ਦੇਖੋ ਕਿੰਨੀ ਨਿਮਰਤਾ ਹੈ ਮੇਰੇ ਸਤਿਗੁਰੂ ਜੀ ਦੀ। ਅੱਜ ਤਾਂ ਥੋੜਾ ਜਿਹਾ ਕੋਈ ਬੰਦਾ ਗੁਣ ਪ੍ਰਾਪਤ ਕਰ ਲੇ, ਪਦਵੀ ਪ੍ਰਾਪਤ ਕਰ ਲੇ, ਸੰਸਾਰ ਦੇ ਸੁੱਖ ਪ੍ਰਾਪਤ ਹੋ ਜਾਣ, ਮਨੁੱਖ ਦੇ ਅੰਦਰ ਹੰਕਾਰ ਭਰ ਜਾਂਦਾ, ਪਰ ਇੰਨੀਆਂ ਬਖਸ਼ਿਸ਼ਾਂ ਦੇ ਮਾਲਕ ਸਤਿਗੁਰੂ ਪਰਮੇਸ਼ਰ ਦਾ ਸਰੂਪ ਆਪਣੇ ਆਪ ਨੂੰ ਕਿੰਨੀ ਨਿਮਰਤਾ ਬੋਧਕ ਸ਼ਬਦ ਸਤਿਗੁਰੂ ਜੀ ਸੰਬੋਧਨ ਕਰ ਰਹੇ ਹੈ ਕਿ ਇਸ ਕੀਟ ਪ੍ਰਤੀ। ਮੈਂ ਤਾਂ ਇਹ ਸ਼ਬਦ ਕਹਿ ਨਹੀਂ ਸਕਦਾ, ਕੇਵਲ ਉਸੇ ਸ਼ਬਦ ਨੂੰ ਦੁਹਰਾਵਾਂਗਾ ਕਿ ਇਸ ਕੀਟ ਪ੍ਰਤੀ ਮੇਰੇ ਵਾਹਿਗੁਰੂ ਨੇ ਇਹ ਬਚਨ ਕੀ ਕਹੇ। ਸੁਣੋ ਜੋ ਆਗਿਆ ਹੋਈ ਸਤਿਗੁਰਾਂ ਦੀ, ਵਾਹਿਗੁਰੂ ਦੀ। ਜਬ ਪਹਿਲੇ ਹਮ ਸ੍ਰਿਸ਼ਟ ਬਣਾਈ। ਹੁਣ ਚੌਪਈ ਤੋਂ ਸ਼ੁਰੂ ਕਰਦੇ, ਕਹਿੰਦੇ ਜਦੋਂ ਵਾਹਿਗੁਰੂ ਜੀ ਕਹਿ ਰਹੇ ਆ, ਅਕਾਲ ਪੁਰਖ ਜੀ ਦੇ ਨਾਲ ਵਾਰਤਾਲਾਪ ਸੰਵਾਦ ਹੋ ਰਹੇ ਹਨ ਕਿ ਜਦੋਂ ਅਸੀਂ ਸ੍ਰਿਸ਼ਟੀ ਦੀ ਰਚਨਾ ਕੀਤੀ, ਵਾਹਿਗੁਰੂ ਜੀ ਨੇ ਕੀ ਹੁਕਮ ਕੀਤਾ। ਇੱਕੋ ਹੰ ਬਹੁ ਸਿਆਮਾ ਪਰਜਾ ਡਾਏ ਤੇ, ਜਦੋਂ ਉਹਨੇ ਇਹ ਬਚਨ ਕਹਿ ਕੇ ਕੀਤਾ, ਪਸਾਓ ਇੱਕੋ ਖਵਾਓ, ਤਿਸਤੇ ਹੋਏ ਲੱਖ ਦਰਿਆਓ, ਏਕ ਤੋਂ ਮੈਂ ਅਨੇਕ ਹੋਵਾਂ, ਇਹ ਬਚਨ ਕਹਿ ਕੇ ਜਦੋਂ ਸ੍ਰਿਸ਼ਟੀ ਦੀ ਬਣਾਵਟ ਬਣਾਉਣਾ ਕੀਤੀ ਹੈ। ਦੈਤ ਰਚੇ ਦੁਸ਼ਟ ਦੁਖਦਾਈ। ਦੁੱਖ ਦੇਣ ਵਾਲੇ ਦੁਸ਼ਟ ਆਤਮਾ, ਜ਼ਾਲਮ ਆਤਮਾ, ਦੈਂਤਾਂ ਨੂੰ ਰਚਿਆ ਗਿਆ, ਬਣਾਇਆ ਗਿਆ, ਮਾਤ ਲੋਕ ਵਿੱਚ ਪੈਦਾ ਕੀਤਾ, ਤੇ ਪੁੱਜ ਬਲ ਬਵਰੇ ਹੋਏ ਗਏ। ਉਹਨਾਂ ਦੀਆਂ ਬਾਹਾਂ ਵਿੱਚ ਇੰਨਾ ਬਲ ਆ ਗਿਆ ਕਿ ਉਹ ਆਪਣੀ ਤਾਕਤ ਵਿੱਚ ਬਵਰੇ ਕਮਲੇ ਹੋ ਗਏ, ਉਹਨਾਂ ਨੂੰ ਸਭ ਕੁਝ ਭੁੱਲ ਗਿਆ, ਬੇਸੁੱਧ ਹੋ ਗਏ, ਆਪਣੇ
ਬਾਹਾਂ ਦੇ ਬਲ ਨਾਲ ਸਰੀਰ ਦੀ ਤਾਕਤ ਦੇ ਬਲ ਦੇ ਨਾਲ ਹੰਕਾਰ ਵਿੱਚ ਅੰਨੇ ਹੋ ਗਏ। ਪੂਜਤ ਪਰਮ ਪੁਰਖ ਰਹਿ ਗਏ। ਪਰਮ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਤੋਂ ਸ਼੍ਰੋਮਣੀ ਹੈ, ਪੂਜਾ ਤਾਂ ਉਹਦੀ ਕਰਨੀ ਸੀ, ਪਰ ਉਹਦੀ ਪੂਜਾ ਕਰਨੀ, ਉਸ ਦੇ ਨਾਲ ਜੁੜਨਾ, ਉਹਦਾ ਧਿਆਨ ਧਾਰਨਾ, ਉਹਦਾ ਸਿਮਰਨ ਕਰਨਾ, ਉਸ ਵੱਲੋਂ ਰਹਿ ਹੀ ਗਏ, ਉਸ ਦੀ ਪੂਜਾ ਨਾ ਕੀਤੀ, ਉਸ ਨਾਲ ਨਾ ਜੁੜੇ। ਤੇ ਹਮ ਤਮਕ ਤਨਕ ਮੋਖ ਆਪੇ। ਮਹਾਰਾ ਕਹਿੰਦੇ ਵਾਹਿਗੁਰੂ ਅਕਾਲ ਪੁਰਖ ਜੀ ਬਚਨ ਕਰ ਰਹੇ ਆ ਕਲਗੀ ਵਾਲੇ ਸਤਿਗੁਰਾਂ ਦੇ ਨਾਲ। ਜਦੋਂ ਸਾਧ ਸੰਗਤ ਜੀ ਭਗਤ ਧੰਨਾ ਜੀ ਨੂੰ ਵਾਹਿਗੁਰੂ ਪਰਮੇਸ਼ਰ ਦਾ ਤਪ ਕਰਦਿਆਂ ਸਿਮਰਨ ਕਰਦਿਆਂ ਅਕਾਲ ਪੁਰਖ ਦੇ ਪ੍ਰਤੱਖ ਸਾਕਾਰ ਰੂਪ ਵਿੱਚ ਦਰਸ਼ਨ ਹੋਏ ਨਾ, ਭਗਤ ਧੰਨਾ ਜੀ ਨਾਲ ਵਾਹਿਗੁਰੂ ਅਕਾਲ ਪੁਰਖ ਸਾਕਾਰ ਰੂਪ ਵਿੱਚ ਪ੍ਰਤੱਖ ਬਚਨ ਕਰਦੇ ਹੈ। ਹੁਣ ਤਰਲੋਚਨ ਜੀ ਨੇ ਭਗਤ ਨੂੰ ਪੂਜਾ ਕਰਨ ਦਾ ਵੱਲ ਸਿਖਾਇਆ, ਉਹ ਕੋਲ ਹੀ ਖੜੇ ਹੈ। ਕਹਿਣ ਲੱਗੇ ਧੰਨਿਆ ਤੂੰ ਗੱਲਾਂ ਕਿਹਦੇ ਨਾਲ ਕਰਦਾ? ਕਹਿੰਦਾ ਮੈਂ ਉਸ ਵਾਹਿਗੁਰੂ ਪਰਮੇਸ਼ਰ ਨਾਲ ਕਰਦਾ ਜਿਹਦਾ ਤਪ ਕੀਤਾ, ਜਿਹਦਾ ਜਪ ਕੀਤਾ, ਜਿਹਦੀ ਮਹਾਨ ਘਾਲਣਾ ਘਾਲੀ ਹੈ। ਕਹਿਣ ਲੱਗਾ ਮੈਨੂੰ ਤਾਂ ਦਿਖਾਈ ਨਹੀਂ ਦਿੰਦਾ। ਭਗਤ ਧੰਨਾ ਜੀ ਕਹਿਣ ਲੱਗੇ ਹੇ ਤਰਲੋਚਨ ਜੀ, ਮੈਨੂੰ ਤਾਂ ਪ੍ਰਤੱਖ ਦਰਸ਼ਨ ਹੋ ਰਹੇ ਆ, ਜੋ ਬਚਨ ਕਹਿ ਰਿਹਾ ਮੇਰੇ ਬਚਨ ਸੁਣ ਕੇ ਮੈਨੂੰ ਉੱਤਰ ਦਿੰਦੇ ਆ, ਮੇਰੇ ਨਾਲ ਵਾਰਤਾਲਾਪ ਕਰ ਰਹੇ, ਤੁਸੀਂ ਵੇਖ ਲਓ, ਸੁਣ ਲਓ। ਸੁਣੀ ਜਾਂਦਾ ਪਰ ਦਰਸ਼ਨ ਨਹੀਂ ਹੁੰਦੇ। ਤਰਲੋਚਨ ਜੀ ਕਹਿਣ ਲੱਗੇ ਧੰਨਿਆ ਮੇਰੇ ਤੇ ਵੀ ਦਇਆ ਕਰ, ਮੈਨੂੰ ਵੀ ਦਰਸ਼ਨ ਕਰਾ। ਉਸ ਵਕਤ ਸਾਧ ਸੰਗਤ ਜੀ ਧੰਨਾ ਜੀ ਨੇ ਬੇਨਤੀ ਕੀਤੀ ਹੈ ਵਾਹਿਗੁਰੂ ਇਹ ਭਗਤ ਤਰਲੋਚਨ ਜੀ ਨੇ ਮੈਨੂੰ ਪੂਜਾ ਦਾ ਵੱਲ ਸਿਖਾਇਆ, ਠਾਕੁਰ ਦਾ ਮੈਨੂੰ ਪੂਜਨ ਕਰਨ ਦੀ ਜਾਚ ਸਿਖਾਈ, ਮੈਨੂੰ ਠਾਕੁਰ ਵੀ ਦਿੱਤਾ। ਕਹਿਣ ਲੱਗੇ ਵਾਹਿਗੁਰੂ ਜੀ ਧੰਨਿਆ ਤੇਰੀ ਕੀਮਤੀ ਗਾਵਾਂ ਲੈ ਕੇ ਇਸ ਨੇ ਤੈਨੂੰ ਕਾਮਨ ਘੜਤ ਜਿਹਾ ਚੁੱਕ ਕੇ ਪੱਥਰ ਦੇਤਾ, ਤੇਰੇ ਨਾਲ ਧੋਖਾ ਕੀਤਾ, ਇਹ ਕਪਟੀ ਹੈ, ਕਪਟ ਕਰਨ ਵਾਲਾ ਹੈ, ਇਸ ਕਰਕੇ ਦੀ ਆਤਮਾ ਅਤੇ ਮਨ ਨਿਰਮਲ ਨਹੀਂ, ਇਹਨੂੰ ਮੇਰੇ ਦਰਸ਼ਨ ਨਹੀਂ ਹੋ ਸਕਦੇ। ਤੇਰਾ ਮਨ ਇੰਨਾ ਪਵਿੱਤਰ ਹੋ ਗਿਆ, ਇੰਨਾ ਸ਼ੁੱਧ ਹੋ ਗਿਆ, ਪਾਰੇ ਵਾਂਗੂ ਨਿਰਮਲ ਅਤੇ ਸ਼ੁੱਧ ਉੱਜਲ ਹੋ ਗਿਆ ਤੇਰਾ ਹਿਰਦਾ, ਤਾਂ ਕਰਕੇ ਤੈਨੂੰ ਮੇਰੇ ਦਰਸ਼ਨ ਹੋ ਰਹੇ। ਹਰ ਇੱਕ ਨੂੰ ਮੇਰੇ ਦਰਸ਼ਨ ਨਹੀਂ ਹੁੰਦੇ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮੰਦੇ ਭਾਗਾਂ ਵਾਲਿਆਂ ਨੂੰ ਦਰਸ਼ਨ ਨਹੀਂ ਹੁੰਦੇ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ। ਧੰਨਾ ਜੀ ਕਹਿਣ ਲੱਗੇ ਭਗਤ ਜੀ ਪਰਮੇਸ਼ਰ ਜੀ ਦਰਸ਼ਨ ਨਹੀਂ ਦੇਣਾ ਚਾਹੁੰਦੇ। ਕਹਿਣ ਲੱਗਾ ਜ਼ਰੂਰ ਬੇਨਤੀ ਕਰੋ। ਬੇਨਤੀਆਂ ਕੀਤੀਆਂ, ਮਨਾਇਆ ਮੇਰੇ ਵਾਹਿਗੁਰੂ ਨੂੰ, ਫਿਰ ਇੱਕ ਝਲਕਾਰਾ ਜਿਹਾ ਦਰਸ਼ਨਾਂ ਦਾ ਵਿਖਾਇਆ ਤਰਲੋਚਨ ਨੂੰ। ਪਰ ਬਚਨ ਬਿਲਾਸ ਭਗਤ ਨਾਲ ਹੀ ਹੁੰਦੇ ਰਹੇ ਮੇਰੇ ਵਾਹਿਗੁਰੂ ਦੇ। ਸਾਧ ਸੰਗਤ ਜੀ ਭਗਤ ਧੰਨਾ ਜੀ ਦੇ ਮਨ ਵਿੱਚ ਖਿਆਲ ਆ ਗਿਆ ਕਿ ਮੇਰੇ ਵਾਹਿਗੁਰੂ ਤੂੰ ਮੈਨੂੰ ਬੜੀ ਛੇਤੀ ਦਰਸ਼ਨ ਦੇਤੇ ਆ, ਬੜੀ ਕਿਰਪਾ ਕੀਤੀ, ਮੈਂ ਤਾਂ ਬੜਾ ਵੱਡਾ ਤਪੱਸਵੀ, ਮਹਾਨ ਘਾਲਣਾ ਕੀਤੀ, ਤੂੰ ਮੇਰੇ ਤੇ ਬੜੀ ਛੇਤੀ ਪ੍ਰਸੰਨ ਹੋ ਗਿਆ। ਰੰਚਕ ਹਉਮ ਮੈਂ ਆ ਗਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਭਗਤ ਧੰਨਾ ਦਾ ਮਾਣ ਮੇਟਣਾ ਸੀ, ਹਉਮ ਮੈਂ ਦੂਰ ਕਰਨੀ ਸੀ। ਗੁਰਮਤ ਦਾ ਅਸੂਲ ਹੈ ਹਉਮ ਮੈਂ ਤਜ ਨਾਮ ਲਿਵਲਾਵਨ, ਗੁਰਮੁਖ ਸੁਖ ਫਲ ਪੰਥੇ ਹੋ ਪਾਵਨ। ਕਹਿਣ ਲੱਗੇ ਧੰਨਿਆ ਹਉਮ ਮੈਂ ਆ ਗਈ ਨਾ, ਵੀ ਥੋੜ੍ਹਾ ਜਿਹਾ ਤਪ ਕੀਤਾ ਅਤੇ ਮੈਂ ਤੈਨੂੰ ਦਰਸ਼ਨ ਦੇ ਦਿੱਤੇ। ਕਹਿੰਦੇ ਆਪਣੇ ਸੱਜੇ ਪਾਸੇ ਨਿਗਾਹ ਮਾਰ। ਜਦੋਂ ਨਿਗਾਹ ਮਾਰੀ ਨਾ ਸੰਗਤ ਜੀ, ਤਾਂ ਹੱਡੀਆਂ ਦਾ ਇੱਕ ਬੜਾ ਵੱਡਾ ਪਹਾੜ ਬਣਿਆ ਹੋਇਆ ਵੇਖਿਆ।
ਐਡਾ ਵੱਡਾ ਹੱਡੀਆਂ ਦਾ ਢੇਰ ਲੱਗਾ ਹੋਇਆ, ਮਨ ਨੂੰ ਇੱਕ ਪਹਾੜ ਬਹੁਤ ਉੱਚਾ ਹੱਡੀਆਂ ਦੇ ਢੇਰਾਂ ਦਾ ਲੱਗਿਆ ਦਿਖਾਈ ਦਿੱਤਾ। ਕਹਿਣ ਲੱਗੇ ਕੀ ਵੇਖਦਾ? ਕਹਿਣ ਲੱਗਾ ਜੀ ਹੱਡੀਆਂ ਦਾ ਬਹੁਤ ਵੱਡਾ ਪਹਾੜ ਬਣਿਆ ਹੋਇਆ ਨਜ਼ਰ ਆ ਰਿਹਾ। ਕਹਿਣ ਲੱਗੇ ਇਹ ਤੇਰੀਆਂ ਹੀ ਹੱਡੀਆਂ ਪਿਛਲੇ ਲੱਖਾਂ ਜਨਮਾਂ ਦੀਆਂ ਇੱਥੇ ਤਪ ਕਰਦਿਆਂ ਕਰਦਿਆਂ ਤੇਰੇ ਪਿੰਜਰ ਸਰੀਰ ਦੇ ਬਣ ਗਏ, ਸਰੀਰ ਛੁੱਟ ਗਿਆ, ਫਿਰ ਅਗਲਾ ਜਨਮ ਤਪ ਕੀਤਾ, ਹਜ਼ਾਰਾਂ ਲੱਖਾਂ ਜਨਮ ਤੂੰ ਇੰਨੀ ਘਾਲਣਾ ਘਾਲੀ ਤਾਂ ਇਸ ਜਨਮ 'ਚ ਤੈਨੂੰ ਦਰਸ਼ਨ ਹੋਏ ਹੈ। ਇੰਨੇ ਮੇਰੇ ਦਰਸ਼ਨ ਸਸਤੇ ਨਹੀਂ ਕਿ ਮੈਂ ਤੈਨੂੰ ਦਰਸ਼ਨ ਦੇ ਦਿੰਦਾ, ਮੇਰੇ ਦਰਸ਼ਨ ਛੇਤੀ ਨਹੀਂ ਹੁੰਦੇ। ਸੋ ਇਹ ਇੱਥੇ ਅਕਾਲ ਪੁਰਖ ਜੀ ਨਾਲ ਪ੍ਰਤੱਖ ਵਾਰਤਾਲਾਪ ਹੋ ਰਹੀ ਹੈ। ਕੀ ਕਹਿ ਰਹੇ ਹੈ? ਅਕਾਲ ਪੁਰਖ ਜੀ ਕਹਿੰਦੇ ਵੀ ਜਦੋਂ ਦੈਂਤਾਂ ਵਿੱਚ ਹੰਕਾਰ ਆ ਗਿਆ ਨਾ ਉਹਨਾਂ ਨੂੰ, ਤੇ ਹਮ ਤਮਕ ਤਨਕ ਮੋਖ ਆਪੇ। ਤਮਕ ਨਾਮ ਇੱਥੇ ਬੀਰਸ ਦਾ, ਵੈਸੇ ਤਮਕ ਨਾਮ ਕ੍ਰੋਧ ਦੀ ਚੰਗਿਆੜੀ ਦਾ ਕਿਹਾ ਜਾਂਦਾ ਹੈ, ਪਰ ਇੱਥੇ ਆਪਾਂ ਬੀਰਸ ਸ਼ਬਦ ਲਵਾਂਗੇ। ਬੀਰਸ ਦੇ ਵਿੱਚ ਸ਼ਾਂਤ ਰਸ, ਭਲਾ, ਜ਼ੁਲਮ ਦਾ ਨਾਸ਼, ਹਉਮੈ ਹੰਗਤਾ ਹੰਕਾਰ ਦਾ ਨਾਸ਼ ਹੋਇਆ ਕਰਦਾ। ਆਪਣੀ ਬੁੱਧੀ ਦੇ ਉੱਤੇ ਸਾਧ ਸੰਗਤ ਜੀ ਕਾਬੂ ਦੇ ਵਿੱਚ, ਉਸ ਬੁੱਧੀ ਨੂੰ ਰੱਖਣਾ। ਕ੍ਰੋਧ ਦੇ ਵਿੱਚ ਬੰਦੇ ਦੀ ਅਕਲ ਮਾਰੀ ਜਾਂਦੀ ਹੈ, ਬੀਰਸ ਦੇ ਵਿੱਚ ਸਾਰਾ ਕੁਝ ਵਸ ਵਿੱਚ ਹੁੰਦਾ। ਰਹੋ ਵਿਚਾਰ, ਕਹਿੰਦੇ ਥੋੜ੍ਹੇ ਜਿਹੇ ਸਮੇਂ ਵਿੱਚ, ਤਨਕ ਨਾਮ ਖਿਨ ਮਾਤਰ ਦੇ ਵਿੱਚ ਹੀ ਅਸੀਂ ਆਪਣੇ ਬੀਰਸ ਦੀ ਚੰਗਿਆੜੀ ਦੇ ਨਾਲ, ਤਨਕ ਨਾਮ ਇੱਕ ਬੀਰਸ ਦੀ ਚੰਗਿਆੜੀ ਦੇ ਨਾਲ ਹੀ ਉਹਨਾਂ ਦੈਂਤਾਂ ਦਾ ਹੰਕਾਰ ਤੋੜਨ ਵਾਸਤੇ ਨਾਸ਼ ਕਰ ਦਿੱਤਾ। ਤਿੰਨ ਕੀ ਠੌਰ ਦੇਵਤਾ ਥਾਪੇ, ਉਹਨਾਂ ਦੀ ਜਗ੍ਹਾ ਫਿਰ ਦੇਵਤਿਆਂ ਨੂੰ ਪ੍ਰਗਟ ਕਰ ਦਿੱਤਾ, ਦੇਵਤੇ ਬਣਾ ਦਿੱਤੇ ਤੇਰੀ 33 ਕਰੋੜ। ਤੇ ਪੀ ਬਲ ਪੂਜਾ ਉਰਜਾਏ, ਅਸੀਂ ਆਖਿਆ ਦੁਨੀਆਂ ਨੂੰ ਸਿੱਧੇ ਰਸਤੇ ਪਾਉਣਗੇ, ਉਹ ਵੀ ਥੋੜੀ ਥੋੜੀ ਸ਼ਕਤੀ ਨੂੰ ਪ੍ਰਾਪਤ ਕਰਕੇ ਲੋਕਾਂ ਨੂੰ ਆਪਣੇ ਨਾਲ ਹੀ ਉਹਨਾਂ ਨੇ ਜੋੜ ਲਿਆ। ਤੇ ਵੀ ਬਲ ਪੂਜਾ ਉਰਜਾਏ, ਉਹ ਵੀ ਲੋਕਾਂ ਨੂੰ ਕਹਿਣ ਲੱਗ ਗਏ ਕਿ ਸਾਡੀ ਪੂਜਾ ਕਰੋਗੇ ਤਾਂ ਤੁਹਾਨੂੰ ਬਲ ਪ੍ਰਾਪਤ ਹੋਵੇਗਾ, ਸ਼ਕਤੀ ਪ੍ਰਾਪਤ ਹੋਵੇਗੀ, ਦੁੱਖ ਕੱਟਾਂਗੇ। ਉਹਨਾਂ ਨੇ ਲੋਕਾਂ ਨੂੰ ਆਪਣੀ ਪੂਜਾ ਦੇ ਵਿੱਚ ਹੀ ਫਸਾ ਲਿਆ ਕਿ ਸਾਡੀ ਪੂਜਾ ਕਰੋ, ਸਾਡੇ ਨਾਲ ਜੁੜੋ। ਆਪਣ ਹੀ ਪਰਮੇਸ਼ਰ ਕਹਾਏ, ਉਹ ਆਪਣੇ ਆਪ ਨੂੰ ਪਰਮੇਸ਼ਰ ਰੱਬ ਕਹਾਉਣ ਲੱਗ ਪਏ। ਮਹਾਦੇਵ ਅਚੁੱਤ ਕਹਿਵਾਇਓ, ਮਹਾਦੇਵ ਜੋ ਦੇਵਤਿਆਂ ਚੋਂ ਵੱਡਾ ਮਹਾਦੇਵ ਹੈ, ਸ਼ੰਕਰ ਭਗਵਾਨ ਜੀ ਨੂੰ ਕਹਿੰਦੇ ਹੈ ਸ਼ਿਵ ਜੀ, ਕਹਿੰਦੇ ਉਹ ਆਪਣੇ ਆਪ ਨੂੰ ਕਹਿਣ ਲੱਗਿਆ ਮੈਂ ਅਚੇਤ ਹੈ, ਮੈਂ ਡਿੱਗਣ ਵਾਲਾ ਨਹੀਂ, ਹਿੱਲਣ ਵਾਲਾ ਨਹੀਂ, ਸਦਾ ਰਹਿਣ ਵਾਲਾ, ਮੇਰੀ ਪੂਜਾ ਕਰੋ। ਬਿਸ਼ਨ ਆਪ ਹੀ ਕੋ ਠਹਿਰਾਇਓ, ਬਿਸ਼ਨ ਵਿਸ਼ਨੂੰ ਨੇ ਸ੍ਰਿਸ਼ਟੀ ਨੂੰ ਰਚਣ ਵਾਲਾ ਸਭ ਤੋਂ ਵੱਡਾ ਮੰਨ ਕੇ ਆਪਣੀ ਪੂਜਾ ਵਿੱਚ ਲਾ ਦਿੱਤਾ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਬ੍ਰਹਮਾ ਕਹਿਣ ਲੱਗ ਗਿਆ ਮੈਂ ਸ੍ਰਿਸ਼ਟੀ ਨੂੰ ਰਚਦਾ, ਵਿਸ਼ਨੂੰ ਕਹਿੰਦਾ ਰੋਜੀ ਦਿੰਦਾ, ਸ਼ਿਵ ਕਹਿੰਦਾ ਮੈਂ ਸੰਹਾਰ ਕਰਦਾ। ਕਹਿੰਦੇ ਬ੍ਰਹਮਾ ਆਪਣੇ ਆਪ ਨੂੰ ਪਾਰ ਬ੍ਰਹਮ ਬਖਾਉਣ ਕਹਿ ਲਾਉਣ ਲੱਗ ਪਿਆ ਕਿ ਮੈਂ ਹੀ ਪਾਰ ਬ੍ਰਹਮ ਪਰਮੇਸ਼ਰ ਹਾਂ। ਪ੍ਰਭ ਕੋ ਪ੍ਰਭੂ ਨਾ ਕਿਨਹੂੰ ਜਾਣਾ, ਅਸਲੀ ਜਿਹਨੇ ਪੈਦਾ ਕੀਤੇ ਸੀ ਉਸ ਪ੍ਰਭੂ ਪਰਮੇਸ਼ਰ ਨੂੰ ਕਿਸੇ ਨੇ ਜਾਣਿਆ ਨਹੀਂ, ਉਸ ਦਾ ਭੈ ਸਤਿਕਾਰ ਨਹੀਂ ਮੰਨਿਆ। ਤਬ ਸਾਖੀ ਪ੍ਰਭ ਅਸ਼ਟ ਬਣਾਏ, ਫਿਰ ਮੇਰੇ ਵਾਹਿਗੁਰੂ ਨੇ 8 ਸਾਖੀ, ਧਰਤੀ ਆਕਾਸ਼ ਚੰਦਰਮਾ ਸੂਰਜ ਅਗਨੀ ਹਵਾ ਬ੍ਰਹਮਾ ਔਰ ਧਰਮ ਰਾਜਾ, 8 ਸਾਖੀ ਹਨ।
ਇਹਨਾਂ ਦੀ ਰਚਨਾ ਕੀਤੀ, ਇਹਨਾਂ ਨੂੰ ਸਾਜਿਆ, ਸਾਖ ਨਮਿਤ ਦੇ ਬੇ ਠਹਿਰਾਏ। ਇਹਨਾਂ ਨੂੰ ਕਾਹਦੇ ਵਾਸਤੇ ਠਹਿਰਾਉਣਾ ਕੀਤਾ, ਬਣਾਉਣਾ ਕੀਤਾ, ਕਿ ਜਿਹੜੇ ਲੋਕ ਮੇਰਾ ਨਾਮ ਜਪਣਗੇ, ਸਿਮਰਨ ਕਰਨਗੇ, ਉਹਨਾਂ ਦੀ ਗਵਾਹੀ ਰੱਬ ਦੀ ਦਰਗਾਹ 'ਚ ਤੁਸੀਂ ਦੇਣੀ ਹੈ ਕਿ ਇਹ ਜੀਵਾਂ ਨੇ ਤੇਰਾ ਨਾਮ ਜਪਿਆ। ਡਿਊਟੀ ਤਾਂ ਉਹਨਾਂ ਦੀ ਇਹ ਲਾਈ ਸੀ ਕਿ ਜੀਵਾਂ ਦੇ ਚੰਗੇ ਕਰਮਾਂ ਦੀ ਔਰ ਪਾਪਾਂ ਦੀ ਗਵਾਹੀ ਮੇਰੀ ਦਰਗਾਹ ਵਿੱਚ ਤੁਸੀਂ ਆ ਕੇ ਦੇਣੀ ਹੈ। ਤੇ ਕਹਿ ਕਰੋ ਹਮਾਰੀ ਪੂਜਾ। ਉਹਨਾਂ ਨੇ ਵੀ ਲੋਕਾਂ ਨੂੰ ਕਹਾ ਕਹਾ ਕੇ ਆਪਣੀ ਪੂਜਾ ਵਿੱਚ ਹੀ ਲਾ ਲਿਆ। ਕੋਈ ਸੂਰਜ ਨੂੰ, ਕੋਈ ਚੰਦਰਮਾ ਨੂੰ ਪਾਣੀ ਦੇਈ ਜਾਂਦਾ, ਕੋਈ ਸੂਰਜ ਨੂੰ ਪਾਣੀ ਦਿੰਦਾ, ਚੰਦਰਮਾ ਦੀ ਪੂਜਾ ਕਰਦਾ ਅਰਗ ਦੇ ਕੇ। ਸੋ ਉਹਨਾਂ ਨੇ ਆਪਣੀ ਪੂਜਾ ਵਿੱਚ ਹੀ ਸਾਰਿਆਂ ਨੇ ਲਾ ਲਿਆ। ਹਮ ਬਿਨ ਅਬਰਨਾ ਠਾਕੁਰ ਦੂਜਾ। ਉਹ ਕਹਿੰਦੇ ਸਾਡੇ ਤੋਂ ਬਿਨਾਂ ਦੂਜਾ ਕੋਈ ਹੋਰ ਮਾਲਕ ਨਹੀਂ ਹੈ ਦੁਨੀਆਂ ਦਾ। ਪਰਮ ਤੱਤ ਕੋ ਜਿਨ ਨਾ ਪਛਾਨਾ। ਪਰਮ ਜੋ ਸਾਰਿਆਂ ਤੋਂ ਤੱਤ ਸ਼੍ਰੋਮਣੀ ਸਿਧਾਂਤ ਸਰੂਪ ਪਰਮੇਸ਼ਰ ਵਾਹਿਗੁਰੂ ਸੀ, ਉਸ ਨੂੰ ਕਿਸੇ ਨੇ ਨਹੀਂ ਵੇਖਿਆ, ਪਛਾਣਿਆ, ਉਹਦੀ ਪਛਾਣ ਨਹੀਂ ਕੀਤੀ ਹੈ। ਤਿਨ ਕਰ ਈਸਰ ਤਿਨ ਕਹੋ ਮਾਨਾ। ਈਸਰ ਨਾਮ ਹੁੰਦਾ ਮਾਲਕ ਦਾ। ਉਹਨਾਂ ਨੇ ਆਪਣੇ ਆਪ ਨੂੰ ਈਸਰ ਦੁਨੀਆਂ ਦਾ ਮਾਲਕ ਮੰਨ ਲਿਆ ਕਿ ਅਸੀਂ ਸਾਰਿਆਂ ਤੋਂ ਮੁਖੀ ਹਾਂ। ਕਿਤੇ ਸੂਰ ਚੰਦ ਕਹ ਮੰਨ। ਕੋਈ ਸੂਰਜ ਨੂੰ, ਕੋਈ ਚੰਦਰਮਾ ਨੂੰ ਕਹਿ ਕੇ ਈਸ਼ਰ ਮੰਨਦਾ ਹੈ। ਅਗਨ ਹੋਤਰ ਕਈ ਪਵਨ ਪਰਮਾਨ। ਕਈ ਵੀ ਅਗਨ ਦੇ ਵਿੱਚ ਅਗਨੀ ਦੀ ਪੂਜਾ ਕਰਦੇ ਹੈ। ਪਵਨ ਪ੍ਰਮਾਣ ਭਾਵ ਥੋੜਾ ਥੋੜਾ ਹਵਨ ਅੱਗ ਦੇ ਵਿੱਚ ਕਰੀ ਜਾਣਾ, ਉਹ ਅਗਨ ਦੇਵ ਦੀ ਪੂਜਾ ਕਰਦੇ ਹੈ ਹਵਨ ਆਦਿ ਕਰਕੇ। ਕਿਨੂੰ ਪ੍ਰਭ ਪਾਹਨ ਪਹਿਚਾਨਾ। ਕਿਸੇ ਨੇ ਪੱਥਰਾਂ ਨੂੰ ਰੱਬ ਮੰਨ ਕੇ ਮੂਰਤੀਆਂ ਦੀ ਪੂਜਾ ਕਰਨ ਲੱਗ ਪਿਆ। ਨਾਤ ਕਿਤੇ ਜਲ ਕਰਤ ਵਿਧਾਨਾ। ਕਈਆਂ ਨੇ ਤੀਰਥਾਂ ਤੇ ਜਲ ਵਿੱਚ ਨਹਾਉਣ ਦਾ ਵਿਧਾਨ ਕਰ ਲਿਆ ਕਿ ਤੀਰਥਾਂ ਤੇ ਨਹਾਉਂਗੇ ਤਾਂ ਮੁਕਤੀ ਹੋਏਗੀ। ਕੇਤਕ ਕਰਮ ਕਰਤ ਡਰਪਾਨਾ। ਕਿੰਨੇ ਕੁ ਵਿਚਾਰੇ ਦੇਵਤਿਆਂ ਤੋਂ ਡਰਦੇ, ਦੁੱਖਾਂ ਤੋਂ ਡਰਦੇ, ਦੇਵਤਿਆਂ ਦੀ ਉਪਾਸ਼ਨਾ ਕਰਦੇ ਹੀ ਐਸੇ ਕਰਮ ਕਰੀ ਜਾਂਦੇ ਆ ਦੇਵਤਿਆਂ ਦੀ ਪੂਜਾ ਦੇ। ਧਰਮ ਰਾਜ ਕੋ ਧਰਮ ਪਛਾਨਾ। ਕਈ ਡਰਦੇ ਧਰਮ ਰਾਜੇ ਨੂੰ ਹੀ ਧਰਮ ਦਾ ਅਵਤਾਰ ਮੰਨਦੇ ਆ ਕਿ ਨਿਆਂ ਕਰਦਾ, ਜੇ ਧਰਮ ਰਾਜੇ ਨੂੰ ਮੰਨਾਂਗੇ ਸ਼ਾਇਦ ਨਰਕਾਂ ਵਿੱਚ ਨਾ ਪੈਣ ਦੇਵੇ, ਉਸੇ ਦੀ ਪੂਜਾ ਕਰਨ ਲੱਗ ਪਏ ਧਰਮ ਰਾਜੇ ਦੀ। ਜੇ ਪ੍ਰਭ ਸਾਖ ਨਿਮਿਤ ਠਹਿਰਾਏ। ਇਹਨਾਂ ਨੂੰ ਪ੍ਰਭੂ ਨੇ ਸਾਖ ਗਵਾਹੀ ਮਾੜੇ ਚੰਗੇ ਕਰਮਾਂ ਦੀ ਦੇਣ ਵਾਸਤੇ ਜਿਨ੍ਹਾਂ ਨੂੰ ਠਹਿਰਾਇਆ ਸੀ, ਬਣਾਇਆ ਸੀ, ਜਿਨ੍ਹਾਂ ਦੀ ਹੋਂਦ ਤੇ ਹਿਆਂ ਆਏ ਪ੍ਰਭੂ ਕਹਿਵਾਏ। ਬਾਦ ਲੋਕ ਤੇ ਆ ਕੇ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪਏ। ਤਾਂ ਕੀ ਬਾਤ ਬਿਸਰ ਜਾਤੀ ਭੀ। ਕਹਿਣ ਲੱਗੇ ਤੇ ਇਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵਿਚਾਰ ਸੀ ਨਾ, ਵਾਹਿਗੁਰੂ ਨਾਲ ਜੁੜਨਾ ਤੇ ਦੁਨੀਆਂ ਨੂੰ ਜੋੜਨਾ, ਉਹ ਤਾਂ ਉਹਨਾਂ ਨੇ ਉੱਕਾ ਹੀ ਭੁਲਾ ਦਿੱਤਾ, ਭੁੱਲ ਹੀ ਗਏ। ਆਪਣੀ ਆਪਣੀ ਪਰਤ ਸੋਭ ਭੀ। ਆਪੋ ਆਪਣੀ ਸੋਭਾ ਵਡਿਆਈ ਜਸ ਪੂਜਾ ਕਰਾਉਣ ਦੀ ਸਾਰਿਆਂ ਨੂੰ ਪੈ ਗਈ। ਆਪਾਂ ਧਾਪੀ ਕੇ, ਉਹ ਕਹਿੰਦਾ ਮੇਰੀ ਪੂਜਾ ਕਰੋ, ਉਹ ਕਹਿੰਦਾ ਮੇਰੀ ਪੂਜਾ ਕਰੋ। ਜਬ ਪ੍ਰਭ ਕੋ ਨਾ ਤਿਨੈ ਪਹਿਚਾਨਾ। ਜਦੋਂ ਇਹਨਾਂ ਨੇ ਵੀ ਪ੍ਰਭੂ ਦੀ ਪਹਿਚਾਣ, ਪ੍ਰਭੂ ਮੇਰੇ ਵਾਹਿਗੁਰੂ ਦੀ ਪ੍ਰਵਾਹ ਨਾ ਕੀਤੀ, ਤਬ ਹਰ ਇਨ ਮਨੁਸ਼ਨ ਠਹਿਰਾਨਾ। ਮਹਾਰਾਜ ਜੀ ਨੇ ਫਿਰ ਆ ਮਨੁੱਖ ਬਣਾ ਦਿੱਤੇ, 84 ਲੱਖ ਜੂਨੀ ਵਿੱਚੋਂ ਮਨੁੱਖਾਂ ਨੂੰ। ਅਵਰ ਜੋਨ ਤੇਰੀ ਸਿਕਦਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਨੁੱਖਾਂ ਨੂੰ ਮਹਾਰਾਜ ਜੀ ਨੇ ਫਿਰ ਸਾਜਿਆ, ਬਣਾਇਆ ਨਾਲ ਨਾਲ। ਤੇ ਪੀ ਬਸ ਮਮਤਾ ਹੋਏ ਗਏ। ਮਨੁੱਖ ਸ਼੍ਰੇਣੀ ਵੀ ਮਮਤਾ ਸੰਬੰਧੀਆਂ ਪਦਾਰਥਾਂ ਦੇ ਮੋਹ ਦੇ ਵਿੱਚ ਫਸ ਗਈ।
ਅਧੀਨ ਹੋ ਗਏ ਮੋਹ ਦੀ ਮਮਤਾ ਵਿੱਚ, ਪਰਮੇਸ਼ਰ ਪਾਹਨ ਠਹਿਰੇ, ਇਹ ਵੀ ਪਰਮੇਸ਼ਰ ਨੂੰ ਪੱਥਰਾਂ ਦੀ ਮੂਰਤੀਆਂ ਵਿੱਚ ਹੀ ਮੰਨਣ ਲੱਗ ਪਏ, ਪੂਜਣ ਲੱਗ ਪਏ ਭੋਲੇ। ਤਬ ਹਰ ਸਿੱਧ ਸਾਧ ਠਹਿਰਾਏ, ਵਾਹਿਗੁਰੂ ਨੇ 84 ਸਿੱਧ ਅਤੇ ਸਾਧਨਾ ਕਰਨ ਵਾਲੇ ਸਾਧੂ ਵੀ ਭੇਜੇ, ਤਿੰਨ ਵੀ ਪਰਮ ਪੁਰਖ ਨਹੀਂ ਪਾਏ। ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪ ਕੇ, ਵਾਹਿਗੁਰੂ ਦੇ ਨਾਮ ਦੀ ਬੰਦਗੀ ਭਗਤੀ ਤਪ ਕਰਕੇ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ। ਜੇ ਕੋਈ ਹੋਤ ਭਇਓ ਜਗ ਸਿਆਣਾ, ਵੱਡੇ ਵੱਡੇ ਸਿਮਰਤੀਆਂ ਦੇ ਗਿਆਤੇ, ਵੇਦਾਂ ਦੇ ਰਚਨਹਾਰ, ਟੀਕਾਕਾਰ, ਵਿਆਸ ਵਰਗੇ ਜਿਹੜੇ ਆਪਣੇ ਆਪ ਨੂੰ ਵੱਡੇ ਸਿਆਣੇ ਮੰਨਦੇ ਸਨ, ਜੇ ਕੋਈ ਹੋਇਆ, ਤਿੰਨ ਤਿੰਨ ਆਪਣੋ ਪੰਥ ਚਲਾਨਾ, ਉਹਨਾਂ ਨੇ ਆਪੋ ਆਪਣੇ ਰਸਤੇ, ਆਪੋ ਆਪਣੇ ਮਾਰਗ ਚਲਾ ਲਏ, ਰਾਹ ਬਣਾ ਲਏ ਦੁਨੀਆਂ ਵਿੱਚ। ਪਰਮ ਪੁਰਖ ਕਿਨਹੂ ਨਹਿ ਪਾਇਓ, ਸਾਰਿਆਂ ਤੋਂ ਵੱਡਾ ਵਿਆਪਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਵਿੱਚ ਪਰਿਪੂਰਨ, ਉਹਨੂੰ ਨਹੀਂ ਪ੍ਰਾਪਤ ਕੀਤਾ ਹੈ। ਵੈਰ ਬਾਦ ਅਹੰਕਾਰ ਵਢਾਇਓ, ਵੈਰ ਵਿੱਚ, ਝਗੜਿਆਂ ਵਿੱਚ, ਅਹੰਕਾਰ ਵਿੱਚ ਹੀ ਇੱਕ ਦੂਜੇ ਤੋਂ ਅੱਗੇ ਵੱਧ ਵੱਧ ਕੇ ਵੈਰ ਵਧਾ ਲਿਆ, ਹੰਕਾਰ ਵਧਾ ਲਿਆ, ਝਗੜੇ ਪਾ ਲਏ ਇੱਕ ਦੂਜੇ ਨਾਲ। ਪੇੜ ਪਾਤ ਆਪਣ ਤੇ ਜਲ, ਜਿਵੇਂ ਪੱਤੇ ਝੜ ਝੜ ਕੇ ਸੁੱਕ ਜਾਂਦੇ ਹੈ, ਅਚਾਨਕ ਜੰਗਲ ਵਿੱਚ ਅੱਗ ਲੱਗ ਜਾਏ, ਉਹਨਾਂ ਸੁੱਕਿਆਂ ਪੱਤਿਆਂ ਨਾਲ ਹੀ ਦਰਖਤ ਸੜ ਕੇ ਸਵਾਹ ਹੋ ਜਾਂਦਾ, ਜਿਵੇਂ ਪੇੜ ਬਿਰਛ ਆਪਣੇ ਪੱਤਿਆਂ ਨਾਲ ਆਪ ਹੀ ਸੜ ਕੇ ਸਵਾਹ ਹੋ ਜਾਂਦਾ, ਇਉਂ ਹੰਕਾਰ ਅਤੇ ਪੂਜਾ ਦੇ ਅਭਿਮਾਨ ਵਿੱਚ, ਆਪਣੀ ਪੂਜਾ ਵਿੱਚ ਆਪ ਹੀ ਸੜ ਸੜ ਕੇ, ਮਾਣ ਵਿੱਚ, ਮਾਣ ਦੀ ਅੱਗ ਵਿੱਚ, ਹਉਮੈ ਦੀ ਅੱਗ ਵਿੱਚ ਸੜੀ ਜਾਂਦੇ ਹੈ। ਪ੍ਰਭ ਕੈ ਪੰਥ ਨਾ ਕੋ ਚੱਲੇ, ਪ੍ਰਭੂ ਦੇ ਵਾਹਿਗੁਰੂ ਦੇ ਮਾਰਗ ਤੇ ਨਹੀਂ ਕੋਈ ਚੱਲਿਆ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਜਿਨ੍ਹਾਂ ਜਿਨ੍ਹਾਂ ਨੇ ਥੋੜੀ ਜਿੰਨੀ ਵੀ ਕੋਈ ਸ਼ਕਤੀ ਸਿੱਧ ਸਿੱਧੀਆਂ ਪ੍ਰਾਪਤ ਕਰ ਲਈਆਂ, ਸ਼ਕਤੀਆਂ ਹਾਸਲ ਕਰ ਲਈਆਂ, ਤਿੰਨ ਤਿੰਨ ਆਪਣਾ ਰਾਹੋ ਚਲਾਇਓ, ਉਹਨਾਂ ਨੇ ਆਪਣੇ ਰਸਤੇ ਚਲਾ ਲਏ, ਬਣਾ ਲਏ। ਪਰਮੇਸ਼ਰ ਨਾ ਕਿਨੂੰ ਪਹਿਚਾਨਾ, ਵਾਹਿਗੁਰੂ ਦੀ ਪਹਿਚਾਣ, ਉਹਦੀ ਗਿਆਤ ਨਹੀਂ ਪ੍ਰਾਪਤ ਕੀਤੀ। ਮਮ ਉਚਾਰ ਤੇ ਭਇਓ ਦੀਵਾਨਾ, ਮੈਂ ਬੋਲੀ ਜਾਂਦੇ ਆ, ਮੈਂ ਹਉਮੈ ਵਿੱਚ, ਹੰਕਾਰ ਵਿੱਚ, ਮੈਂ ਵੱਡਾ, ਜਿਵੇਂ ਸਤਿਗੁਰੂ ਕਹਿੰਦੇ ਆ ਗੁਰਬਾਣੀ ਦੇ ਵਿੱਚ, ਮਾਨ ਮੁਨੀ ਮੁਨਵਰ ਗਲੇ ਮਾਨ ਸਵੈ ਕੋ ਖਾਏ, ਮਾਨ ਹੰਕਾਰ ਦੇ ਵਿੱਚ ਹੀ ਸਾਰੇ ਖਾਧੇ ਗਏ, ਹੰਕਾਰ ਦੇ ਵਿੱਚ ਮੈਂ ਉਚਾਰਦੇ ਕਮਲੇ ਹੋ ਗਏ, ਹਉਮੈ ਦੇ ਵਿੱਚ ਪਰਮ ਤੱਤ ਕਿਨਹੂੰ ਨਾ ਪਛਾਨਾ। ਅਸਲੀ ਜੋ ਸਾਰਿਆਂ ਤੋਂ ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਸੀ, ਜੋ ਸਾਰਿਆਂ ਤੋਂ ਵੱਡਾ, ਉਸ ਨੂੰ ਨੀ ਪਛਾਣਿਆ, ਉਹਦੇ ਵੱਲ ਤਾਂ ਵੇਖਿਆ ਵੀ ਨੀ। ਆਪ ਆਪ ਭੀਤਰ ਉਰ ਜਾਣਾ, ਆਪੋ ਆਪਣੀ ਹਉਮੈ ਵਿੱਚ, ਪੂਜਾ ਵਿੱਚ ਫਸ ਕੇ ਰਹਿ ਗਏ, ਵਿਚਾਰੇ ਨਿਕਲ ਨੀ ਸਕੇ ਇਸ ਜਾਲ ਵਿੱਚੋਂ। ਤਬ ਜੇ ਜੇ ਰਿਖ ਰਾਜ ਬਣਾਏ, ਫਿਰ ਵਾਹਿਗੁਰੂ ਨੇ ਜਿਹੜੇ ਰਿਸ਼ੀ ਅਤੇ ਰਾਜ ਰਿਸ਼ੀ ਬਣਾਏ ਸਨ, ਵਿਸ਼ਵਾਮਿੱਤਰ ਵਰਗੇ ਜਾਂ ਵਸਿਸ਼ਟ ਵਰਗੇ, ਐਸੇ ਜਿਹੜੇ ਰਾਜ ਰਿਸ਼ੀ ਸਨ, ਤਿੰਨ ਆਪਣ ਪੁਨ ਸਿਮਰਤ ਚਲਾਏ, ਔਰ ਉਹ ਵੀ ਤੇ ਦੂਜਿਆਂ ਨੇ ਵੀ ਸਿਮਰਤੀਆਂ ਬਣਾ ਲਈਆਂ, ਮਨੂ ਵਰਗਿਆਂ ਨੇ 27 ਸਿਮਰਤੀਆਂ ਤਿਆਰ ਕਰ ਲਈਆਂ, ਤੇ ਸਿਮਰਤੀਆਂ ਦਾ ਇੱਕ ਵੱਖਰਾ ਹੀ ਮਾਰਗ ਚਲਾ ਲਿਆ ਕਰਮ ਕਾਂਡ ਦਾ। ਜੇ ਸਿਮਰਤਨ ਤੇ ਪਏ ਅਨੁਰਾਗੀ, ਜਿਹੜੇ ਬਈ ਸਿਮਰਤੀਆਂ ਦੇ ਪ੍ਰੇਮੀ ਬਣ ਗਏ ਨਾ, ਸਿਮਰਤੀਆਂ ਦੇ ਅਨੁਸਾਰ ਕਰਮ ਕਾਂਡ ਇਹਨਾਂ ਚੱਕਰਾਂ ਦੇ ਵਿੱਚ ਪੈ ਗਏ। ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ, ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਵਾਲਾ ਜਿਹੜਾ ਸ਼ੁਭ ਕਰਮ ਸੀ, ਸ਼ੁਭ ਪਵਿੱਤਰ ਕਿਰਿਆ ਨਾਮ ਜਪਣ ਦੀ ਸੀ ਨਾ,
ਪਰਮੇਸ਼ਰ ਨਾਲ ਜੁੜਨ ਵਾਲੀ ਉਹ ਤਿਆਗ ਦਿੱਤੀ ਛੱਡ ਦਿੱਤੀ ਹੈ। ਜਿਨ ਮਨ ਹਰ ਚਰਨਨ ਠਹਿਰਾਇਓ, ਆਖੋ ਭਾਈ ਵਾਹਿਗੁਰੂ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਿਆ, ਨਾਲ ਲੱਗ ਗਿਆ, ਵਾਹਿਗੁਰੂ ਦੇ ਪ੍ਰੇਮੀ ਬਣ ਗਏ। ਤੋ ਸਿਮਰਨ ਤਨ ਕੇ ਰਹਾ ਨਾ ਆਇਓ, ਉਹ ਫਿਰ ਕਰਮ ਕਾਂਡ ਸਿਮਰਤੀਆਂ ਦੇ ਰਸਤੇ ਨਹੀਂ ਪਏ। ਉਹ ਕਹਿੰਦੇ ਵੀ ਇਹ ਜੰਡਾਲ ਵਿੱਚੋਂ ਤਾਂ ਬੰਦਾ ਕਦੇ ਛੁੱਟ ਹੀ ਨਹੀਂ ਸਕਦਾ। ਮਹਾਰਾਜ ਜੀ ਨੇ ਸੌਖਾ ਸਾਧਨ ਨਾਮ ਜਪਣ ਦਾ ਦਿੱਤਾ ਕਿ ਭਾਈ ਉਹ ਫਿਰ ਸਿਮਰਤੀਆਂ ਦੇ ਕਰਮ ਕਾਂਡ ਦੇ ਵਿੱਚ ਨਹੀਂ ਫਸਦੇ। ਬ੍ਰਹਮਾਚਾਰ ਹੀ ਵੇਦ ਬਣਾਏ, ਬ੍ਰਹਮਾ ਨੇ ਚਾਰ ਵੇਦ ਰਚੇ ਦੁਨੀਆਂ ਦੇ ਅੰਦਰ ਬਣਾਉਣਾ ਕੀਤੇ। ਪਹਿਲਾਂ ਤਾਂ ਮੌਖਿਕ ਰੂਪ ਦੇ ਵਿੱਚ ਹੀ ਸਨ, ਫਿਰ ਬ੍ਰਹਮਾ ਨੇ ਉਹਨਾਂ ਨੂੰ ਲਿਪੀ ਦਾ ਰੂਪ ਦਿੱਤਾ। ਸਰਬ ਲੋਕ ਤੇ ਕਰਮ ਚਲਾਏ, ਸਾਰੇ ਲੋਕਾਂ ਨੂੰ ਵੇਦਾਂ ਦੇ ਕਰਮਾਂ ਵਿੱਚ ਹੀ ਚਲਾ ਲਿਆ, ਤੋਰ ਲਿਆ। ਜਿਨ ਕੀ ਲਿਵ ਹਰ ਚਰਨਨ ਲਾਗੀ, ਭਾਈ ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਸੁਰਤ ਮੇਰੇ ਵਾਹਿਗੁਰੂ ਦੇ ਨਾਮ ਵਿੱਚ ਉਹਦੇ ਚਰਨਾਂ ਵਿੱਚ ਲੱਗ ਗਈ ਹੈ, ਤੇ ਵੇਦਨ ਤੇ ਭੈ ਤਿਆਗੀ, ਉਹਨਾਂ ਨੇ ਵੇਦਾਂ ਦਾ ਕਰਮ ਕਾਂਡ ਉਪਾਸ਼ਨਾ ਦਾ ਤਿਆਗ ਕਰ ਦਿੱਤਾ, ਛੱਡ ਦਿੱਤਾ। ਜਿਨ ਮਤ ਵੇਦਕ ਤੇ ਬਨ ਤਿਆਗੀ, ਜਿਨ੍ਹਾਂ ਨੇ ਚਾਰੇ ਵੇਦ, ਚਾਰੇ ਮੁਸਲਮਾਨਾਂ ਦੀਆਂ ਕਿਤਾਬਾਂ, ਤੋਰੇਤ, ਅੰਜੀਲ, ਜੰਬੂਰ, ਕੁਰਾਨ, ਇਹਨਾਂ ਨੂੰ ਤਿਆਗ ਦਿੱਤਾ ਹੈ। ਪਾਰ ਬ੍ਰਹਮ ਕੇ ਭੈ ਅਨੁਰਾਗੀ, ਉਹ ਕੱਲੇ ਵਾਹਿਗੁਰੂ ਦੇ ਪ੍ਰੇਮੀ ਬਣੇ। ਧਰੂ ਭਗਤ ਜੈਸੇ, ਪ੍ਰਹਿਲਾਦ ਜੈਸੇ, ਗੁਰਸਿੱਖ ਮਹਾਂਪੁਰਖ, ਉਹ ਵਾਹਿਗੁਰੂ ਦੇ ਪ੍ਰੇਮੀ ਬਣੇ ਭਾਈ ਸਾਰੇ ਐਸੇ। ਇਨਕੇ ਗੂੜ ਮਤ ਜੇ ਚਲਹੀ, ਸੋ ਭਾਈ ਜਿਹੜਾ ਵਾਹਿਗੁਰੂ ਦੇ ਅਸਲੀ ਜਿਹੜਾ ਡੂੰਘਾ ਸਿਧਾਂਤ ਹੈ ਨਾ, ਪਰਮੇਸ਼ਰ ਦੀ ਪ੍ਰਾਪਤੀ ਦਾ ਨਾਮ ਜਪਣਾ, ਉਸ ਦੇ ਚਰਨਾਂ ਵਿੱਚ ਹੀ ਐਸਾ ਧਿਆਨ ਜੋੜ ਕੇ ਰੱਖਣਾ ਕਿ ਜ਼ਾਹਰਾ ਜ਼ਹੂਰ ਹੈ ਕਿ ਹਾਜ਼ਰਾ ਹਜ਼ੂਰ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਗੁਰਸਿੱਖ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਇਸ਼ਨਾਨ ਪਾਨ ਕਰਕੇ, ਸੁਧ ਕਿਰਿਆ ਸੋਧ ਕੇ, ਚੌਂਕੜਾ ਮਾਰ ਕੇ, ਸਾਧ ਸੰਗਤ ਜੀ ਸਮਾਧੀ ਵਿੱਚ ਸਥਿਤ ਹੋ ਕੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਸਿਮਰਨ ਕਰਦਾ, ਧਿਆਨ ਅਕਾਲ ਪੁਰਖ ਵਾਹਿਗੁਰੂ ਵਿੱਚ ਜੋੜਦਾ, ਦਸਾਂ ਪਾਤਸ਼ਾਹੀਆਂ ਨੂੰ ਹਾਜ਼ਰ ਨਾਜ਼ਰ ਸਮਝਦਾ, ਤੇ ਜਿਹੜਾ ਇਹ ਸਾਧਨਾ ਕਰਦਾ ਨਾ, ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਉਹ ਵਾਹਿਗੁਰੂ ਦਾ ਪ੍ਰੇਮੀ ਬਣ ਜਾਂਦਾ ਹੈ। ਭਾਂਤ ਅਨੇਕ ਦੁਖਨ ਕੋ ਦੁਖਨ ਸੋ ਦਲਹੀ, ਭਾਈ ਜਿਹੜੇ ਇਸ ਡੂੰਘੇ ਸਿਧਾਂਤ ਦੇ ਉੱਤੇ ਨਾਮ ਜਪਣ ਦੇ, ਕੇਵਲ ਵਾਹਿਗੁਰੂ ਦੇ ਧਿਆਨ ਪ੍ਰਾਇਣ ਹੋਣ ਦੇ ਸਾਧਨਾਂ ਨੂੰ ਜਿਨ੍ਹਾਂ ਨੇ ਕਮਾਇਆ, ਇਸ ਮਾਰਗ ਤੇ ਚੱਲੇ, ਰੱਬ ਨੇ ਉਹਨਾਂ ਦੇ ਸਾਰੇ ਅਨੇਕਾਂ ਤਰ੍ਹਾਂ ਦੇ ਦੁੱਖਾਂ ਦਾ, ਜੰਮਣ ਮਰਨ ਦਾ, ਸੰਸਾਰ ਦੇ ਦੁੱਖਾਂ ਦਾ, ਜਿਵੇਂ ਚੱਕੀ ਦਾਣਿਆਂ ਨੂੰ ਐਨ ਦਲ ਕੇ ਆਟਾ ਬਣਾ ਦਿੰਦੀ ਹੈ, ਵਾਹਿਗੁਰੂ ਉਹਨਾਂ ਦੇ ਦੁੱਖਾਂ ਨੂੰ ਦਲ ਕੇ ਮੇਟ ਦਿੰਦਾ, ਨਾਸ਼ ਕਰ ਦਿੰਦਾ ਹੈ। ਜੇ ਜੇ ਸਹਿਤ ਜਤਨ ਸੰਦੇਹ, ਇਹਨਾਂ ਦਾ ਭਾਈ ਸੰਦੇਹ, ਮਨ ਵਿੱਚ ਕੋਈ ਸ਼ੰਕਾ ਨਹੀਂ। ਅੱਜ ਤਾਂ ਬਾਣੀ ਤੇ ਵੀ, ਇਤਿਹਾਸ ਤੇ ਵੀ, ਸ਼ਰਧਾ ਦੇ ਉੱਤੇ ਵੀ, ਹਰ ਪਰੰਪਰਾ ਦੇ ਉੱਤੇ ਸ਼ੰਕਾ ਹੋ ਰਹੀ ਹੈ। ਸਿੱਖੋ, ਜੇ ਸ਼ੰਕਾ ਵਿੱਚ ਪੈ ਗਏ ਨਾ ਕੁਝ ਲੋਕਾਂ ਦੇ ਮਗਰ ਲੱਗ ਕੇ, ਤਾਂ ਮਤ ਸੋਚਿਓ ਸੱਚਖੰਡ ਦਾ ਰਾਹ ਦਿਖਾਈ ਦੇਵੇਗਾ, ਨਰਕਾਂ ਦਾ ਰਸਤਾ ਫਿਰ ਖੁੱਲ੍ਹਾ, ਉੱਧਰ ਨੂੰ ਜਾਣ ਲਈ ਤਿਆਰ ਰਹੋ। ਇਸ ਕਰਕੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚੋਂ ਸੰਦੇਹ, ਕੋਈ ਆਪਣੇ ਵਾਹਿਗੁਰੂ ਤੇ ਸ਼ੰਕਾ ਨਹੀਂ, ਕੋਈ ਆਪਣੇ ਵਾਹਿਗੁਰੂ ਤੇ ਉਹਨਾਂ ਨੂੰ ਬੇਵਿਸ਼ਵਾਸੀ ਨਹੀਂ, ਬੇਯਕੀਨੀ ਨਹੀਂ, ਉਹਨਾਂ ਦੇ ਮਨ ਦੇ ਸਾਰੇ ਸੰਦੇਹ ਮਿਟ ਗਏ ਵਾਹਿਗੁਰੂ ਦੀ ਬੰਦਗੀ ਕਰਕੇ।
ਪ੍ਰਭ ਕੋ ਸੰਗ ਨਾ ਛੋੜਤ ਨੇਹ। ਉਹ ਤਾਂ ਵਾਹਿਗੁਰੂ ਦਾ ਨੇਹ ਪ੍ਰੇਮ ਨਹੀਂ ਛੱਡਦੇ, ਭਾਵੇਂ ਸੀਸ ਧੜ ਨਾਲੋਂ ਜੁਦਾ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਧਰਮ ਸਨਾਤਨ ਧਰਮ ਦੀ ਰੱਖਿਆ ਦੀ ਖਾਤਰ ਆਪਣਾ ਸੀਸ ਦੇ ਦਿੱਤਾ। ਪੰਜਵੇਂ ਸਰੂਪ ਵਿੱਚ ਤੱਤੀ ਲੋਹ ਤੇ ਬੈਠ ਕੇ ਦੇਗਾਂ ਵਿੱਚੋਂ ਬਾਲੇ ਵੀ ਖਾਧੇ ਤੇ ਤਾਂ ਰੇਤਾ ਸੀਸ ਵਿੱਚ ਵੀ ਪੁਆਇਆ। ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ। ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਦੀ ਸ਼ਹਾਦਤ, ਉਹਨਾਂ ਨੇ ਆਪਣੇ ਪ੍ਰਭੂ ਦਾ ਪ੍ਰੇਮ ਨਹੀਂ ਛੱਡਿਆ, ਭਾਵੇਂ ਆਰੇ ਵੀ ਚੱਲ ਗਏ। ਤੇ ਪਰਮਪੁਰੀ ਕਹਿ ਜਾਹੀ, ਉਹ ਤਾਂ ਅਸਲੀ ਪਰਮਪੁਰੀ ਸੱਚਖੰਡ ਦੇ ਵਿੱਚ ਜਾਣਗੇ, ਨਿਵਾਸ ਹੋਏਗਾ ਉਹਨਾਂ ਗੁਰਮੁਖਾਂ ਦਾ। ਤਿੰਨ ਹਰਸਿਓ ਅੰਤਰ ਕਛ ਨਾਹੀ, ਭਾਈ ਉਹਨਾਂ ਦਾ ਤੇ ਪਰਮੇਸ਼ਰ ਦਾ ਕੋਈ ਭਿੰਨ ਭੇਦ ਫਰਕ ਨਹੀਂ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਦਿਉ, ਜਲ ਹੀ ਵਿਖੈ ਸਮਾਹੇ। ਹਰ ਕਾ ਸੇਵਕ ਸੋ ਹਰ ਦੇਹਾ, ਭੇਦ ਨ ਜਾਣੋ ਮਾਨਸ ਦੇਹਾ, ਐਸੀ ਅਵਸਥਾ ਮਿਲ ਗਈ ਹੈ। ਜੇ ਜੇ ਜੀਅ ਜਾਤਨ ਤੇ ਡਰੇ, ਜਿਹੜੇ ਭਾਈ ਦੀਵ ਜਾਤਾਂ ਦੁੱਖਾਂ ਸੰਕਟਾਂ ਤੋਂ ਭਾਵ ਜਾਤਨ ਹੁੰਦਾ ਸਾਧ ਸੰਗਤ ਜੀ, ਅਨੇਕਾਂ ਤਰ੍ਹਾਂ ਦੀਆਂ ਪੀੜਾਂ, ਅਨੇਕਾਂ ਤਰ੍ਹਾਂ ਦੇ ਦੁੱਖ, ਅਨੇਕਾਂ ਤਰ੍ਹਾਂ ਦੀਆਂ ਸੰਕਟ ਸਹਾਰਨੇ, ਤਕਲੀਫਾਂ ਸਹਾਰਨੀਆਂ। ਜਿਹੜੇ ਬਈ ਸੰਸਾਰ ਦੇ ਦੁੱਖਾਂ ਤੋਂ ਡਰ ਕੇ ਰੱਬ ਦਾ ਮਾਰਗ ਜਿਹਨਾਂ ਨੇ ਛੱਡ ਦਿੱਤਾ, ਪਰਮ ਪੁਰਖ ਤਜ ਤਿੰਨ ਮਗ ਪਰੇ, ਉਹਨਾਂ ਨੇ ਵਾਹਿਗੁਰੂ ਦਾ ਮਾਰਗ ਛੱਡ ਕੇ ਫਿਰ ਇਹਨਾਂ ਵੱਲ ਨੂੰ ਤੁਰ ਪਏ, ਦੂਜਿਆਂ ਦੀ ਉਪਾਸ਼ਨਾ ਨਾਨਾ ਉਪਾਸ਼ਨਾ ਕਰਨ ਲੱਗ ਪਏ ਹਰ ਇੱਕ ਦੀ। ਤੇ ਨਰਕ ਕੁੰਡ ਮੋ ਪਰਹੀ, ਮਹਾਰਾ ਕਹਿੰਦੇ ਉਹਨਾਂ ਦੀ ਮੁਕਤੀ ਨਹੀਂ ਹੋਏਗੀ, ਨਰਕਾਂ ਦੇ ਕੁੰਡ ਵਿੱਚ ਡਾ ਕੇ ਪੈਣਗੇ। ਬਾਰ ਬਾਰ ਜਗ ਮੋ ਬਪ ਤਰਹੀ, ਇਉਂ ਬਈ ਦੇਖੋ ਸਾਧ ਸੰਗਤ ਜੀ, ਬੜਾ ਸੁੰਦਰ ਕਲਗੀਧਰ ਜੀ ਨੇ ਲਿਖਿਆ, ਰੁਦਰ ਭਗਤ ਜਗ ਮਾਹੇ, ਸੁੱਖ ਕੇ ਦਿਵ ਸਦਾ ਭਰੇ, ਮਰੇ ਫਿਰ ਆਵੇ ਜਾਹੇ, ਫਲਕ ਸ਼ਲਹਿਤ ਨਾ ਮੁਕਤ ਕੋ। ਮਹਾਰਾਜ ਕਹਿੰਦੇ ਸ਼ਿਵ ਜੀ ਦੇ ਭਗਤ ਦੁਨੀਆਂ ਦੇ ਪਦਾਰਥ ਤਾਂ ਲੈ ਲੈਣਗੇ, ਪਰ ਮਰਦੇ ਤੇ ਜੰਮਦੇ ਰਹਿਣਗੇ, ਮੁਕਤੀ ਦਾ ਫਲ ਨਹੀਂ ਮਿਲੇਗਾ। ਇਹ ਕਲਗੀਧਰ ਦੇ ਬਚਨ ਹੈ। ਇਸ ਕਰਕੇ ਭਾਈ ਮਹਾਰਾਜ ਕਹਿੰਦੇ ਨਰਕ ਕੁੰਡ ਵਿੱਚ ਉਹਨਾਂ ਨੂੰ ਪੈਣਾ ਪਵੇਗਾ, ਜਿਹੜੇ ਵਾਹਿਗੁਰੂ ਦੀ ਉਪਾਸ਼ਨਾ ਛੱਡ ਦੇਣਗੇ। ਬਾਰ ਬਾਰ ਜਗ ਮੋ ਬਪ ਧਰਹੀ, ਬਾਰ ਬਾਰ ਮੁੜ ਮੁੜ ਕੇ ਸੰਸਾਰ ਵਿੱਚ ਸਰੀਰ ਧਾਰਨ ਕਰਨਗੇ, ਮਨੁੱਖ ਬਾਰ ਬਾਰ ਜਨਮ ਲੈਣਾ ਪਵੇਗਾ। ਤਬ ਹਰ ਬਹੁਰ ਦੱਤ ਉਪਜਾਇਓ, ਫਿਰ ਵਾਹਿਗੁਰੂ ਜੀ ਨੇ ਵੇਖਿਆ ਹੋਰ ਚਾਰਾ ਕਰਕੇ ਵੇਖ ਲਈਏ, ਕੋਈ ਕੋਈ ਨਾ ਕੋਈ ਸਿੱਧੇ ਰਸਤੇ ਪੈ ਜਾਏ, ਫਿਰ ਦੱਤਾਤਰੇ ਨੂੰ ਗੁਜਰਾਤ ਵਿੱਚ ਪੈਦਾ ਕਰ ਦਿੱਤਾ। ਤਿੰਨ ਵੀ ਆਪਣਾ ਪੰਥ ਚਲਾਇਓ, ਉਹਨਾਂ ਨੇ ਵੀ ਸੰਨਿਆਸ ਮਤ ਚਲਾ ਲਿਆ ਆਪਣਾ ਵੱਖਰਾ। ਕਰਮੋ ਨੱਕ ਸਿਰ ਜਟਾ ਸਵਾਰੀ, ਇਹੋ ਜਿਹਾ ਬਾਣਾ ਦਿੱਤਾ, ਹੱਥਾਂ ਦੇ ਨਹੁੰ ਵਧਾ ਲਓ, ਸਿਰ ਉੱਤੇ ਜਟਾਵਾਂ ਬਣਾ ਬਣਾ ਕੇ ਵੱਡੀਆਂ ਵੱਡੀਆਂ ਬੰਨ ਲਓ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਪਰਮੇਸ਼ਰ ਨਾਲ ਜੁੜਨ ਵਾਲੀ ਜਿਹੜੀ ਭਉ ਭਗਤੀ ਦਾ ਮਾਰਗ ਸੀ, ਉਸ ਦੀ ਰੰਚਕ ਵੀ ਵਿਚਾਰ ਨਾ ਕੀਤੀ ਮਨ ਵਿੱਚ। ਹੁਣ ਹਰ ਗੋਰਖ ਕੋ ਉਪਰਾਜਾ, ਫਿਰ ਵਾਹਿਗੁਰੂ ਜੀ ਕਹਿੰਦੇ ਚਲੋ ਗੋਰਖ ਨੂੰ ਪੈਦਾ ਕਰਕੇ ਵੇਖ ਲੋ, ਗੋਰਖ ਸਾਡ ਦਿੱਤਾ ਸੱਚੇ ਪਾਤਸ਼ਾਹ ਨੇ। ਸਿੱਖ ਕਰੇ ਤੈਨੂੰ ਵੱਡ ਰਾਜਾ, ਰਿੱਧੀਆਂ ਸਿੱਧੀਆਂ ਦੇ ਚਮਤਕਾਰੇ ਵਿਖਾ ਕੇ ਉਹਨੇ ਵੱਡੇ ਵੱਡੇ ਰਾਜੇ, ਗੋਪੀ ਚੰਦ ਵਰਗੇ ਸਾਧ ਸੰਗਤ ਜੀ ਅਤੇ ਹੋਰ ਵੱਡੇ ਵੱਡੇ ਰਾਜੇ, ਭਰਥਰੀ ਵਰਗੇ ਕੰਨਾਂ ਵਿੱਚ ਉਹਨਾਂ ਦੇ
ਵੱਡੀਆਂ ਵੱਡੀਆਂ ਸਾਧ ਸੰਗਤ ਜੀ ਮੁੰਦਰਾਂ ਪਵਾ ਦਿੱਤੀਆਂ, ਵੱਡੇ ਵੱਡੇ ਰਾਜੇ ਆਪਣੇ ਚੇਲੇ ਬਣਾ ਲਏ ਸਿੱਖ, ਸਰਵਨ ਪਾਰ ਮੁੰਦਰਾ ਦੁਆ ਡਾਰੀ, ਕੰਨ ਪਾੜ ਪੜ ਕੇ ਮੁੰਦਰਾਂ ਪਾ ਪਵਾ ਦਿੱਤੀਆਂ ਕਿ ਗੋਰਖ ਦੇ ਚੇਲੇ ਆ, ਮੇਰੇ ਚੇਲੇ ਆ। ਹਰ ਕੀ ਪ੍ਰੀਤ ਰੀਤ ਨਾ ਵਿਚਾਰੀ, ਵਾਹਿਗੁਰੂ ਪਰਮੇਸ਼ਰ ਨਾਲ ਜਿਹੜੀ ਪ੍ਰੀਤੀ ਕਰਨ ਵਾਲੀ ਰੀਤ ਮਰਿਆਦਾ ਸੀ ਨਾ, ਉਸ ਦੀ ਵਿਚਾਰ ਨਾ ਕੀਤੀ ਮਨ ਵਿੱਚ। ਹੁਣ ਹਰ ਰਾਮਾਨੰਦ ਕੋ ਕਰਾ, ਫਿਰ ਪਰਮੇਸ਼ਰ ਨੇ ਰਾਮਾਨੰਦ ਜੀ ਨੂੰ ਸਾਡਿਆ, ਵੈਰਾਗੀਆਂ ਦੇ ਜਿਹੜੇ ਮੁਖੀ ਹੋਏ ਐ, ਇਸ ਵੈਰਾਗੀ ਕੋ ਜਨ ਧਰਾ, ਜਿਹਨੇ ਕੰਠੀ ਕੰਠ ਕਾਠ ਕੀ ਡਾਰੀ, ਉਹਨਾਂ ਨੇ ਵੈਰਾਗੀਆਂ ਵਾਲਾ ਲਿਬਾਸ ਧਾਰਨ ਕਰ ਲਿਆ ਬਾਣਾ। ਕੰਠੀ ਕੰਠ ਕਾਠ ਕੀ ਡਾਰੀ, ਲੱਕੜਾਂ ਦੀਆਂ ਗਲ ਦੇ ਵਿੱਚ ਮਾਲਾ ਪਾ ਲਈਆਂ, ਤਿਲਕ ਲਾ ਲਏ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਵਾਹਿਗੁਰੂ ਨਾਲ ਜੁੜਨ ਵਾਲੀ ਮਰਿਆਦਾ ਦੀ ਵਿਚਾਰ ਨਾ ਕੀਤੀ ਕਿਸੇ ਵੀ ਤਰ੍ਹਾਂ, ਉਸ ਕਰਤੱਵ ਨੂੰ ਨਹੀਂ ਕੀਤਾ। ਜੇ ਪ੍ਰਭ ਪਰਮ ਪੁਰਖ ਕਪਦਾਜੇ, ਜਿੰਨੇ ਵੀ ਵਾਹਿਗੁਰੂ ਨੇ ਐਸੇ ਸ਼ਕਤੀਆਂ ਵਾਲੇ, ਬਾਰ ਬਾਰ ਤਰਸ ਕਰਦਾ ਸੀ ਕਿ ਜੀਵਾਂ ਦਾ ਸਾਡਾ ਭਲਾ ਹੋ ਜਾਏ। ਇਹ ਵਿਚਾਰੇ ਭੋਲੇ ਭਾਲੇ ਲੋਕ ਮਨੁੱਖ, ਇਹਨਾਂ ਦਾ ਉਧਾਰ ਹੋ ਜਾਏ, ਕਿਸੇ ਨਾ ਕਿਸੇ ਨੂੰ ਭੇਜਾ, ਇਧਰਲੇ ਪਾਸੇ ਲਾ ਦੇਵੇ, ਇਹਨਾਂ ਦਾ ਭਲਾ ਹੋ ਜਾਏ, ਮੁਕਤ ਹੋ ਜਾਣ। ਪਰਮੇਸ਼ਰ ਜੀ ਨੇ ਬੜਾ ਤਰਸ ਕੀਤਾ, ਵਾਹਿਗੁਰੂ ਜੀ ਨੇ ਥੋੜੀਆਂ ਥੋੜੀਆਂ ਬਰਕਤਾਂ ਵੀ ਦਿੱਤੀਆਂ, ਪਰ ਸਾਧ ਸੰਗਤ ਜੀ ਸਾਰਿਆਂ ਨੇ ਆਪਣੀ ਆਪਣੀ ਪੂਜਾ ਵਿੱਚ ਹੀ ਦੁਨੀਆਂ ਨੂੰ ਫਸਾ ਲਿਆ। ਜਿੰਨੇ ਜਿੰਨੇ ਵੱਡੇ ਵੱਡੇ ਸ਼ਕਤੀਆਂ ਵਾਲੇ ਜਾਂ ਪੂਜਨੀਕ ਪੈਦਾ ਕੀਤੇ ਮੇਰੇ ਪ੍ਰਭੂ ਨੇ, ਤਿੰਨ ਤਿੰਨ ਆਪਣੇ ਰਾਹ ਚਲਾਏ, ਉਹਨਾਂ ਨੇ ਆਪਣੇ ਆਪਣੇ ਰਸਤੇ ਚਲਾ ਲਏ, ਵੱਖਰੇ ਵੱਖਰੇ ਧਰਮ ਬਣਾ ਲਏ, ਤੋਰ ਲਏ। ਮਹਾਦੀਨ ਤਬ ਪ੍ਰਭ ਉਪਰਾਜਾ, ਫਿਰ ਵਾਹਿਗੁਰੂ ਜੀ ਨੇ ਅਰਬ ਕੰਟਰੀਆਂ ਦੇ ਵਿੱਚ, ਅਰਬ ਦੇ ਮਾਰੂ ਥਲਾਂ ਦੇ ਵਿੱਚ ਦੀਨ ਦਾ ਵੱਡਾ, ਦੀਨ ਇਸਲਾਮ ਧਰਮ ਦਾ ਸੰਸਥਾਪਕ, ਮਹਾਦੀਨ ਭਾਵ ਪੈਗੰਬਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਮੁਹੰਮਦ ਸਾਹਿਬ, ਉਹਨਾਂ ਨੂੰ ਪੈਦਾ ਕੀਤਾ। ਅਰਬ ਦੇਸ਼ ਕੋ ਕਿਨੋ ਰਾਜਾ, ਅਰਬ ਧਰਤੀ ਦਾ ਇਲਾਕੇ ਦਾ ਰਾਜ ਵੀ ਦਿੱਤਾ, ਅਰਬਾਂ ਦਾ ਰਾਜਾ ਵੀ ਬਣਾ ਦਿੱਤਾ ਕਿ ਲੈ ਰਾਜ ਵੀ ਕਰ ਲੈ। ਤਿੰਨ ਪੀ ਏਕ ਪੰਥ ਉਪਰਾਜਾ, ਉਹਨੇ ਵੀ ਇੱਕ ਪੰਥ ਬਣਾ ਲਿਆ, ਪੈਦਾ ਕਰ ਲਿਆ। ਲਿੰਗ ਬਿਨਾਂ ਕੀਨੇ ਸਭ ਰਾਜਾ, ਸਾਰਿਆਂ ਦੀਆਂ ਸੁਨਤਾਂ ਕਰਾ ਕੇ ਉਹਨਾਂ ਨੂੰ ਆਪਣੇ ਧਰਮ ਵਿੱਚ ਲਾਇਆ। ਰਾਜੇ ਵੀ ਸੁਨਤਾਂ ਕਰਾ ਕੇ, ਰਾਜਿਆਂ ਦੀ ਵੀ ਸੁਨਤਾਂ ਕਰਾ ਕੇ ਉਹਨਾਂ ਨੂੰ ਵੀ ਆਪਣੇ ਧਰਮ ਦੇ ਵਿੱਚ ਹੀ ਸ਼ਾਮਿਲ ਕਰ ਲਿਆ। ਸਭ ਤੇ ਆਪਣਾ ਨਾਮ ਜਪਾਇਓ, ਆਪਣਾ ਨਾਮ ਹੀ ਸਾਰਿਆਂ ਤੋਂ ਜਪਾਇਆ ਉਸ ਨੇ ਵੀ। ਸਤ ਨਾਮ ਕਾਹੂ ਨਾ ਦਰੜਾਇਓ, ਕੀ ਜਪਾਇਆ ਕਿ ਅਖੀਰਲਾ ਪੈਗੰਬਰ ਮੁਹੰਮਦ ਸਾਹਿਬ ਹੀ ਹੈ, ਉਹਦਾ ਨਾਮ ਨਾਲ ਸ਼ਾਮਿਲ ਕਰੋ। ਖੁਦਾ ਦਾ ਨਾਮ ਤਾਂ ਜਪਾਇਆ, ਪਰ ਆਪਣੀ ਵੀ ਹੋਂਦ ਨਾਲ ਰੱਖ ਲਈ, ਤਾਂ ਜ਼ਿਕਰ ਕੀਤਾ ਮੇਰੇ ਸੱਚੇ ਪਾਤਸ਼ਾਹ ਨੇ। ਸਭ ਆਪਣੀ ਆਪਣੀ ਉਰਜਾਨਾ, ਸਤਨਾਮ ਸੱਚਾ, ਸਤਨਾਮ ਤੇਰਾ ਪੂਰਬ ਪਰਾ ਪੂਰਬਲਾ, ਐਸਾ ਨਾਮ ਅਸਲੀ ਵਾਹਿਗੁਰੂ ਦਾ ਦ੍ਰਿੜ ਨਹੀਂ ਕਰਾਇਆ, ਉਸ ਨੂੰ ਜਪਾਇਆ ਨੀ। ਸਭ ਆਪਣੀ ਆਪਣੀ ਉਰਜਾਨਾ, ਆਪਣੀ ਆਪਣੀ ਪੂਜਾ ਵਿੱਚ ਹੀ ਵਿਚਾਰੇ ਫਸ ਕੇ ਰਹਿ ਗਏ। ਪਰ ਬ੍ਰਹਮ ਕਾਹੂ ਨਾ ਪਛਾਣਾ, ਵਿਆਪਕ ਵਾਹਿਗੁਰੂ ਦੀ ਪਛਾਣ ਨਹੀਂ ਕਰਾਈ, ਉਸ ਦੇ ਵੱਲ ਨਹੀਂ ਤੋਰਿਆ, ਉਹਦੇ ਨਾਲ ਨਹੀਂ ਜੋੜਿਆ। ਤਪ ਸਾਧ ਤਿਉਹਾਰ ਮੋਹੇ ਬੁਲਾਇਓ, ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਾਰਿਆਂ ਦੇ ਕਰਤੱਵ ਵੇਖ ਲਏ ਨਾ ਵਾਹਿਗੁਰੂ ਨੇ, ਫਿਰ ਪਰਮੇਸ਼ਰ ਨੇ ਵੇਖਿਆ ਹੁਣ ਗੱਲ ਨਹੀਂ ਬਣਨੀ, ਕਹਿੰਦੇ ਫਿਰ ਅਸੀਂ ਤਪ ਕਰ ਰਹੇ ਸਾਂ ਹੇਮਕੁੰਡ ਸਾਹਿਬ ਦੀ ਧਰਤੀ ਤੇ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ
ਬੜਾ ਸੁੰਦਰ ਇਹ ਇਤਿਹਾਸ ਆਉਂਦਾ ਸੰਗਤ ਜੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆਪਾਂ 550 ਸਾਲਾਂ 12 ਨਵੰਬਰ ਨੂੰ ਸਾਰੇ ਸੰਸਾਰ ਵਿੱਚ ਮਨਾਉਣ ਜਾ ਰਹੇ ਹਾਂ। ਜਿਵੇਂ ਅੱਜ ਤੋਂ ਸਾਧ ਸੰਗਤ ਜੀ 2 ਸਾਲ 2.5 ਸਾਲ ਪਹਿਲਾਂ ਇਸ ਧਰਤੀ 'ਤੇ 350 ਸਾਲਾਂ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਮਨਾਇਆ, 550 ਸਾਲਾਂ ਆਪਾਂ ਸੁਲਤਾਨਪੁਰ ਸਾਹਿਬ ਮੁੱਖ ਰੂਪ ਵਿੱਚ ਸਾਰਾ ਪੰਥ ਸਾਰੇ ਸੰਸਾਰ ਵਿੱਚ ਮੇਰੇ ਸਤਿਗੁਰੂ ਦਾ ਮਨਾਏਗਾ। ਬੇਈ ਨਦੀ ਦੁਆਰਾ ਜਦੋਂ ਚੁੱਭਾ ਮਾਰਿਆ ਅਕਾਲ ਪੁਰਖ ਜੀ ਦਾ ਪੈਗਾਮ ਆਇਆ ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਗਿਆ ਕੀਤੀ, ਜਾਓ ਮੋਦੀਖਾਨਾ ਕਰਨ ਵਾਸਤੇ ਨਹੀਂ ਮਾਤ ਲੋਕ 'ਤੇ ਭੇਜਿਆ, ਇਹ ਤਾਂ ਕੌਤਕ ਹਨ ਤੁਹਾਡੇ, ਸੰਸਾਰ ਨੂੰ ਨਾਮ ਨਾਲ ਭਗਤੀ ਨਾਲ ਸੇਵਾ ਸਿਮਰਨ ਨਾਲ ਜੋੜ ਕੇ ਜੀਵਾਂ ਦਾ ਉਧਾਰ ਕਰੋ। ਫਿਰ ਸਤਿਗੁਰੂ ਜੀ ਅਕਾਲ ਪੁਰਖ ਦੀ ਦਰਗਾਹ ਸੱਚਖੰਡ ਵਿੱਚੋਂ ਮੂਲ ਮੰਤਰ ਲੈ ਕੇ ਆਏ। ਇਸੇ ਤਰ੍ਹਾਂ ਮੇਰੇ ਕਲਗੀਧਰ ਜੀ ਨੂੰ ਬੁਲਾਇਆ, ਕਲਗੀਧਰ ਪਾਤਸ਼ਾਹ ਜੀ ਕਿਹੜੀ ਬਾਣੀ ਲੈ ਕੇ ਆਏ ਸੱਚਖੰਡ ਵਿੱਚੋਂ? ਸ੍ਰੀ ਜਾਪ ਸਾਹਿਬ ਦੀ ਬਾਣੀ ਸੱਚਖੰਡ ਵਿੱਚ ਅਕਾਲ ਪੁਰਖ ਜੀ ਦੇ ਸਨਮੁਖ ਉਚਾਰੀ ਹੈ। ਮੇਰੇ ਵਾਜਾਂ ਵਾਲੇ ਪ੍ਰੀਤਮ ਨੇ ਆਖੋ ਭਾਈ ਵਾਹਿਗੁਰੂ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਜਾਪ ਸਾਹਿਬ ਦੀ ਬਾਣੀ ਸੱਚਖੰਡ ਵਿੱਚ ਅਕਾਲ ਪੁਰਖ ਦੇ ਸਨਮੁਖ ਉਚਾਰੀ ਹੈ। ਜਾਪ ਸਾਹਿਬ ਦੀ ਬਾਣੀ ਸੱਚਖੰਡ ਵਿੱਚੋਂ ਆਈ ਹੈ, ਇਸ ਕਰਕੇ ਕਹਿੰਦੇ ਉਹ ਤਪ ਕਰਦਿਆਂ ਮੈਨੂੰ ਵੀ ਬੁਲਾਵਾ ਆਇਆ ਵਾਹਿਗੁਰੂ ਜੀ ਦਾ, ਆਗਿਆ ਆਈ ਤਿਮ ਕਹਿ ਕੇ ਇਹ ਲੋਕ ਪਠਾਇਓ, ਉਹ ਕਹਿ ਕੇ ਆਗਿਆ ਦਿੱਤੀ ਤੇ ਮਾਤ ਲੋਕ ਤੇ ਭੇਜਿਆ ਮੇਰੇ ਸੱਚੇ ਪਾਤਸ਼ਾਹ ਨੇ। ਅਕਾਲ ਪੁਰਖ ਬਾਚ, ਇਹ ਅਕਾਲ ਪੁਰਖ ਵਾਹਿਗੁਰੂ ਦੇ ਜੋ ਬਾਚ ਬਚਨ ਹੋਏ ਹੈ ਉਹ ਤੁਹਾਨੂੰ ਉਸ ਦੀ ਵਿਆਖਿਆ ਮੇਰੇ ਸਤਿਗੁਰੂ ਜੀ ਸੁਣਾ ਰਹੇ ਹਨ। ਚੌਪਈ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਅਕਾਲ ਪੁਰਖ ਜੀ ਦੇ ਕੀ ਬਚਨ ਹੋਏ, ਹੇ ਦੁਸ਼ਟ ਦਮਨ ਜੀ ਮੈਂ ਤੁਹਾਨੂੰ ਆਪਣਾ ਸੁਪੁੱਤਰ ਹੋਣ ਦਾ ਮਾਣ ਦੇ ਕੇ ਨਿਵਾਜਦਾ ਹਾਂ, ਤੁਹਾਨੂੰ ਵਡਿਆਉਂਦਾ, ਤੁਹਾਨੂੰ ਇਹ ਸਨਮਾਨ ਬਖਸ਼ਦਾ ਹਾਂ। ਆਪਾਂ ਨੂੰ ਕਲਗੀਧਰ ਦੇ ਪੁੱਤਰ ਪੁੱਤਰੀਆਂ ਹੋਣ ਦਾ ਮਾਣ ਹੈ ਨਾ, ਧੰਨ ਮਾਤਾ ਸਾਹਿਬ ਦੇਵ ਕੌਰ ਜੀ ਦੇ ਪੁੱਤਰ ਪੁੱਤਰੀਆਂ ਹੋਣ ਦਾ ਮਾਣ ਹੈ। ਕਲਗੀਧਰ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸੁਪੁੱਤਰ ਕਹਿ ਕੇ ਵਡਿਆਇਆ, ਇਹ ਮਾਣ ਦਿੱਤਾ, ਸਨਮਾਨ ਦਿੱਤਾ। ਪੰਥ ਪ੍ਰਚੁਰ ਕਰਬੇ ਕਹ ਸਾਜਾ, ਪੰਥ ਤਾਂ ਪਹਿਲਾਂ ਹੀ ਚੱਲ ਰਿਹਾ ਸੀ, ਸਿੱਖ ਪੰਥ ਖਾਲਸਾ ਪੰਥ ਨੂੰ ਪ੍ਰਵਿਰਤ ਕਰਨ ਵਾਸਤੇ, ਕਿਉਂ ਦੰਭੀਆਂ ਪਖੰਡੀਆਂ ਤੋਂ ਛਡਾਉਣਾ ਸੀ ਨਾ ਸਾਡਾ ਕਿਹੜਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਸੀ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਣੀ ਸੀ। 1699 1756 ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਸਾਜਣਾ ਸੀ। ਉਹ ਪੰਥ ਖਾਲਸਾ ਸੰਸਾਰ ਦੇ ਵਿੱਚ ਪ੍ਰਵਿਰਤ ਕਰਨ ਵਾਸਤੇ, ਸਜਾਉਣ ਵਾਸਤੇ ਸਾਨੂੰ ਅਕਾਲ ਪੁਰਖ ਜੀ ਨੇ ਆਗਿਆ ਕੀਤੀ ਕਿ ਖਾਲਸਾ ਸਜਾਓ। ਜਾਹੇ ਤਹਾਂ ਤੈ ਧਰਮ ਚਲਾਏ, ਗੁਰਸਿੱਖੀ ਦਾ ਖਾਲਸਾ ਧਰਮ ਚਲਾਉਣਾ ਕਰੋ, ਜਿਹੜਾ ਚੱਲ ਹੀ ਰਿਹਾ ਹੈ ਅੱਗੇ ਉਸ ਵਿੱਚ ਅੰਮ੍ਰਿਤ ਦੀ ਦਾਤ ਸ਼ਾਮਿਲ ਕਰਕੇ ਖਾਲਸਾ ਸੰਗਿਆ ਬਖਸ਼ ਦਿਓ। ਕਬੁੱਧ ਕਰਨ ਤੇ ਲੋਕ ਹਟਾਏ, ਜਿਹੜੇ ਲੋਕ ਖੋਟੇ ਕਰਮਾਂ ਵਿੱਚ ਕਬੁੱਧੇ ਲੱਗੇ ਹੋਏ ਆ, ਜਿਹੜਾ ਸਤਸੰਗਤ ਨਾ ਕਰੇ, ਮਾੜੇ ਕਰਮ ਕਰੇ, ਸਿਆਣੇ ਪੁਰਸ਼ ਕਹਿੰਦੇ ਕਬੁੱਧਿਆ, ਕਬੁੱਧੇ ਵਾਲੇ ਕਬੁੱਧੀਆਂ ਵਾਲੇ ਬਚਨ ਨਾ ਕਰਿਆ ਕਰ, ਸਦਬੁੱਧੀ ਗ੍ਰਹਿਣ ਕਰ, ਗੁਰਮਤ ਨੂੰ ਧਾਰਨ ਕਰ, ਖੋਟੀ ਬੁੱਧੀ ਦੇ ਮਗਰ ਨਾ ਚੱਲ। ਇਹ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੀ ਦੀ ਆਗਿਆ ਹੋਈ ਕਿ ਜਿਹੜੀ ਖੋਟੀ ਮਨਮਤ ਹੈ, ਮੂੜਤਾ ਹੈ,
ਉਸ ਵੱਲੋਂ ਜਿਹੜੇ ਲੋਕ ਮਨਮਤ ਵਿੱਚ ਲੱਗੇ ਹੈ, ਬੇਮੁਖ ਹੋਏ ਆ, ਉਹਨਾਂ ਨੂੰ ਹਟਾ ਦਿਓ, ਰੋਕ ਕੇ ਵਾਹਿਗੁਰੂ ਦੇ ਮਾਰਗ ਤੇ ਚਲਾ ਦਿਓ, ਸਦਬੁੱਧੀ ਬਖਸ਼ ਦਿਓ, ਆਤਮ ਵਿਸ਼ੈਣੀ ਬੁੱਧੀ ਦੀ ਦਾਤ ਦੇ ਕੇ ਵਿਸ਼ੇ ਵਿਸ਼ੈਣੀ ਬੁੱਧੀ ਦਾ ਅਭਾਵ ਕਰ ਦਿਓ। ਕਬ ਬਾਚ ਦੋਹਰਾ, ਇਹ ਬਚਨ ਕਵੀ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਕਹਿ ਰਹੇ ਹੈ। ਅੱਜ ਇੱਕ ਭੁਲੇਖਾ ਪਾਇਆ ਦਸਮ ਦੀ ਬਾਣੀ ਵਿੱਚ ਮਨਮਤੀਆਂ ਨੇ, ਅਖੇ ਜੀ ਇਹ ਤਾਂ ਰਾਮ ਕਵੀ ਦੀ ਸਿਆਮ ਕਵੀ ਦੀ ਬਾਣੀ ਹੈ, ਉਹਨਾਂ ਨੂੰ ਗਿਆਨ ਹੀ ਨਹੀਂ। ਮਾਤਾ ਨਾਨਕੀ ਜੀ ਜੋ ਸਤਿਗੁਰਾਂ ਦੇ ਮਾਤਾ ਜੀ ਸਨ, ਜਿਨ੍ਹਾਂ ਨੇ ਇਸ ਸਥਾਨ ਤੇ ਆਪ ਚਰਨ ਪਾਏ, ਆਪ ਆਏ ਕਲਗੀਧਰ ਜੀ ਦੇ ਅਵਤਾਰ ਵੇਲੇ ਇੱਥੇ ਹਾਜ਼ਰ ਸਨ, ਮਾਤਾ ਨਾਨਕੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਈ ਵਾਰੀ ਲਾਡ ਪਿਆਰ 'ਚ ਰਾਮ ਜੀ ਸ਼ਿਆਮ ਜੀ ਕਹਿ ਕੇ ਬੁਲਾਇਆ ਕਰਦੇ ਸਨ। ਇਹ ਮਾਤਾ ਜੀ ਨੇ ਨਾਮ ਦਿੱਤੇ ਸਨ ਸਤਿਗੁਰਾਂ ਨੂੰ। ਇਸ ਕਰਕੇ ਇਹ ਭੁਲੇਖਾ ਨਹੀਂ ਖਾਣਾ ਜਿੱਥੇ ਕਿੱਥੇ ਰਾਮ ਸ਼ਬਦ ਜਾਂ ਸ਼ਿਆਮ ਸ਼ਬਦ ਆਉਂਦਾ, ਉਹ ਕਲਗੀਧਰ ਜੀ ਦਾ ਹੀ ਨਾਮ ਆ ਰਿਹਾ ਕਾਵ ਦੇ ਰੂਪ ਵਿੱਚ। ਅੰਮ੍ਰਿਤ ਛਕਣ ਤੋਂ ਬਾਅਦ ਮੇਰੇ ਸਤਿਗੁਰੂ ਜੀ ਦਾ ਨਾਮ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਇਆ। ਸਿੰਘ ਸੰਗਿਆ ਦਿੱਤੀ ਨਾ ਆਪਾਂ ਨੂੰ, ਬੀਬੀਆਂ ਨੂੰ ਕੌਰ ਸੰਗਿਆ ਦਿੱਤੀ। ਇਸ ਕਰਕੇ ਇੱਥੇ ਕਾਵ ਆਪ ਪਹਿਲਾਂ ਅਕਾਲ ਪੁਰਖ ਦੇ ਬਚਨ ਹੈ, ਹੁਣ ਕਲਗੀਧਰ ਜੀ ਆਪਣੇ ਵੱਲੋਂ ਇਹ ਸਾਧ ਸੰਗਤ ਜੀ ਦੋਹਰਾ ਉਚਾਰਨ ਕਰਦੇ ਆ ਕਿ ਕੀ ਅਸੀਂ ਬੇਨਤੀ ਕੀਤੀ ਉਸ ਸਮੇਂ। ਠੱਡ ਭਇਓ ਮੈਂ ਜੋਰ ਕਰ, ਕਹਿੰਦੇ ਹੱਥ ਜੋੜ ਕੇ ਖੜੇ ਹੋ ਗਏ ਅਕਾਲ ਪੁਰਖ ਜੀ ਦੇ ਸਨਮੁਖ ਅਸੀਂ। ਬਚਨ ਕਹਾ ਸਿਰ ਨਿਆਏ, ਫਿਰ ਬਾਰ ਬਾਰ ਝੁਕਾ ਕੇ ਆਪਣੇ ਪਰਮ ਪਿਤਾ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਬਚਨ ਬੇਨਤੀ ਬਚਨ ਨਹੀਂ ਕਹਿਣਾ, ਇਹ ਬੇਨਤੀ ਕਹਿਣੀ ਹੈ। ਬੇਨਤੀ ਕੀਤੀ, ਵੱਡਿਆਂ ਦੇ ਅੱਗੇ ਛੋਟੇ ਬੇਨਤੀ ਕਰਦੇ ਆ, ਬਚਨ ਹੁੰਦਾ ਬਰਾਬਰ ਦੇ ਨਾਲ ਵਾਰਤਾਲਾਪ। ਇਉਂ ਬੇਨਤੀ ਕੀਤੀ ਹੈ, ਪੰਥ ਚੱਲੇ ਤਬ ਜਗਤ ਮੈਂ, ਇਹ ਮਾਰਾ ਖਾਲਸਾ ਪੰਥ ਤਾਂ ਹੀ ਚੱਲੇਗਾ ਸੰਸਾਰ ਵਿੱਚ, ਜਬ ਤੁਮ ਕਰੋ ਸਹਾਇ, ਇਹ ਤੁਹਾਡੀ ਸਹਾਇਤਾ ਸਾਨੂੰ ਪ੍ਰਾਪਤ ਹੋਏਗੀ, ਤੁਸੀਂ ਸਹਾਇਤਾ ਕਰੋਗੇ। ਚੌਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ, ਖਾਲਸਾ ਸਾਜਣ ਵਾਸਤੇ, ਪਰਮੇਸ਼ਰ ਨਾਲ ਜੋੜਨ ਵਾਸਤੇ, ਭਾਵ ਭਗਤੀ ਹੋਰ ਦ੍ਰਿੜ ਕਰਾਉਣ ਵਾਸਤੇ, ਇਸ ਵਾਸਤੇ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਸਾਨੂੰ ਮਾਤ ਲੋਕ ਤੇ ਪਠਾਇਓ ਭੇਜਿਆ ਹੈ। ਤਬ ਮੈਂ ਜਗਤ ਜਨਮ ਧਰ ਆਇਓ, ਸਰਗੁਣ ਰੂਪ ਦੇ ਵਿੱਚ ਮਨੁੱਖਾ ਜਾਮਾ ਧਾਰ ਕੇ ਅਸੀਂ 1723 ਬਿਕਰਮੀ, ਧਿਆਨ ਰੱਖਿਓ 1723 ਬਿਕਰਮੀ ਪੋਹ ਸੁਦੀ ਸੱਤਵੀਂ ਔਰ ਸਾਧ ਸੰਗਤ ਜੀ 1 ਜਨਵਰੀ, ਜਿਹੜਾ ਗੈਗੋਰੀਅਨ ਕੈਲੰਡਰ ਮੁਤਾਬਕ ਉਦੋਂ 1667 ਸਨ ਸੀ ਤੇ ਜੂਲੀਅਨ ਕੈਲੰਡਰ ਮੁਤਾਬਕ ਉਦੋਂ 22 ਦਸੰਬਰ ਤੇ 1666 ਸਨ ਸੀ। ਕੈਲੰਡਰਾਂ ਦੀ ਬਾਅਦ ਦੇ ਵਿੱਚ ਪੋਪ ਗੈਗੋਰੀਅਨ ਨੇ ਸੋਧ ਕੀਤੀ ਹੈ, ਸੰਤ ਮਹਾਂਪੁਰਖ ਰਾੜਾ ਸਾਹਿਬ ਵਾਲੇ ਬੈਠੇ ਹੈ, ਇਹਨਾਂ ਨੂੰ ਇਹ ਸਾਰਾ ਗਿਆਨ ਹੈ। ਸੋ ਇਸ ਕਰਕੇ ਉਸ ਵਕਤ ਤਾਰੀਖ ਸੀ 22 ਦਸੰਬਰ 1666, ਇਹ ਜੂਲੀਅਨ ਕੈਲੰਡਰ ਦਾ ਸਾਲ ਸੀ। ਜਿਹੜਾ ਹੁਣ ਸੰਨ ਚੱਲ ਰਿਹਾ ਉਸ ਮੁਤਾਬਕ 1 ਜਨਵਰੀ 1667 1723 ਬਿਕਰਮੀ ਪੋਹ ਸੁਦੀ ਸੱਤਵੀਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤ ਲੋਕ ਤੇ ਆਉਣਾ ਕੀਤਾ ਇਸ ਧਰਤੀ ਤੇ, ਜਿੱਥੇ ਆਪਾਂ ਨੂੰ ਅੱਜ ਇਹ ਸੁਭਾਗ ਪ੍ਰਾਪਤ ਹੋ ਰਿਹਾ
ਆਪਣੇ ਵਾਜਾਂ ਵਾਲੇ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਅਸਥਾਨ ਤੇ। ਗੁਰਸੰਗਤ ਜੀ ਆਖੋ ਵਾਹਿਗੁਰੂ। ਇਹ ਧਰਤੀ ਤੇ ਮਸਤਕ ਸਾਡਾ ਲੱਗ ਰਿਹਾ ਅੱਜ ਜਿੱਥੇ ਮੇਰੇ ਸਤਿਗੁਰੂ ਦੇ ਚਰਨ ਲੱਗੇ ਸਨ, ਜਿੱਥੇ ਮਾਤਾਵਾਂ ਦੇ ਚਰਨ ਲੱਗੇ ਸਨ, ਮਾਮਾ ਕਿਰਪਾਲ ਚੰਦ ਜੀ ਦੇ ਚਰਨ। ਇੱਥੇ ਸਾਲ ਸਰਾਏ ਜੌਹਰੀ ਨੂੰ ਬ੍ਰਹਮ ਗਿਆਨ ਬਖਸ਼ਣ ਵਾਸਤੇ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ। ਸਾਲ ਸਰਾਏ ਜੌਹਰੀ ਦੀ ਹਵੇਲੀ ਸੀ ਜਿੱਥੇ ਤਖ਼ਤ ਸਾਹਿਬ ਹੈ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਛੋਹ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਸਾਹਿਬ ਜੀ ਦੀ ਔਰ ਮਾਮਾ ਕਿਰਪਾਲ ਚੰਦ ਜੀ ਦੀ, ਇਹਨਾਂ ਗੁਰਸਿੱਖ ਮਹਾਂਪੁਰਖਾਂ ਦੀ ਚਰਨ ਛੋਹ। ਉਹ ਚਰਨ ਛੋਹ ਪਵਿੱਤਰ ਧੂੜੀ ਅੱਜ ਸਾਡੇ ਮਸਤਕ ਨੂੰ ਲੱਗ ਰਹੀ। ਆਪਾਂ ਵੱਡਿਆਂ ਭਾਗਾਂ ਵਾਲੇ ਹਾਂ। ਇਸ ਧਰਤੀ ਤੇ ਮੇਰੇ ਸੱਚੇ ਸਾਹਿਬ ਆਏ, ਜਿਮ ਤਿੰਨ ਕਹੀ ਤਿੰਨੇ ਤਿੰਨ ਕਹਿਓ। ਮਹਾਰਾ ਕਹਿੰਦੇ ਅਸੀਂ ਕੋਈ ਕਾਣ ਕਨੋਡ ਨਹੀਂ ਰੱਖਦੇ, ਨਾ ਹੀ ਕਿਸੇ ਦੀ ਅਸੀਂ ਬਿਨਾਂ ਮਤਲਬ ਤੋਂ ਕੋਈ ਮਛੰਦਗੀ ਰੱਖਦੇ ਹਾਂ, ਨਾ ਕੋਈ ਕਾਣ ਕਨੋਡ ਮੰਨਦੇ ਹਾਂ, ਭੈ ਨਹੀਂ ਮੰਨਦੇ। ਜੋ ਮੇਰੇ ਵਾਹਿਗੁਰੂ ਨੇ ਕਿਹਾ ਉਵੇਂ ਦੱਸਦੇ ਹਾਂ। ਔਰ ਕਿਸੂ ਤੇ ਬੈਰ ਨਾ ਗਹਿਓ। ਸਾਡੇ ਮਨ ਵਿੱਚ ਕਿਸੇ ਨਾਲ ਬੈਰ ਵੀ ਨਹੀਂ, ਨਫ਼ਰਤ ਵੀ ਨਹੀਂ, ਕਿਸੇ ਨੂੰ ਅਸੀਂ ਨੀਵਾਂ ਵੀ ਨਹੀਂ ਦਿਖਾਉਂਦੇ। ਜੋ ਹਮਕੋ ਪਰਮੇਸ਼ਰ ਉਚਰ ਹੈ। ਮਹਾਰਾ ਕਹਿੰਦੇ ਜਿਹੜਾ ਆਪਣੇ ਆਪ ਨੂੰ ਰੱਬ ਦੀ ਬਰਾਬਰੀ ਕਰਕੇ ਕਹੇਗਾ ਕਿ ਮੈਂ ਰੱਬ ਹੈ ਮੈਂ ਰੱਬ ਹੈ, ਜਿਹੜਾ ਵਾਹਿਗੁਰੂ ਦੀ ਬਰਾਬਰੀ ਕਰੇਗਾ ਨਾ ਐਸਾ ਮਨਮੁਖ ਬੰਦਾ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਉਹ ਭਾਵੇਂ ਕੋਈ ਵੀ ਹੋਵੇ, ਭਾਵੇਂ ਸਾਰਾ ਸੰਸਾਰ ਵੀ ਆਪਣੇ ਆਪ ਨੂੰ ਰੱਬ ਮੰਨਣ ਲੱਗ ਜੇ, ਮਹਾਰਾ ਕਹਿੰਦੇ ਉਹ ਨਰਕਾਂ ਦੇ ਕੁੰਡ ਵਿੱਚ ਪੈ ਕੇ ਸੜੇਗਾ, ਬਚੇਗਾ ਨਹੀਂ। ਮੋਹ ਕੋ ਦਾਸ ਤਵਨ ਕਾ ਜਾਨੋ। ਮਹਾਰਾ ਕਹਿੰਦੇ ਅਸੀਂ ਤਾਂ ਉਸ ਵਾਹਿਗੁਰੂ ਦੇ ਦਾਸ ਸੇਵਕ ਹਾਂ। ਇਹ ਨਿਮਰਤਾ ਹੈ ਕਿ ਭਾਈ ਅਸੀਂ ਤਾਂ ਉਸ ਵਾਹਿਗੁਰੂ ਦੇ ਦਾਸ ਹਾਂ, ਉਸੇ ਦੇ ਦਾਸ ਸੇਵਕ ਜਾਣਨਾ ਕਰੋ। ਐਡੀ ਵੱਡੀ ਨਿਮਰਤਾ ਸਤਿਗੁਰਾਂ ਵਿੱਚ ਹੀ ਹੋ ਸਕਦੀ ਹੈ। ਈਸਾ ਜੀ ਕਹਿੰਦੇ ਹੇ ਮੇਰੇ ਪੈਰੋਕਾਰੋ, ਮੈਂ ਤੁਹਾਡਾ ਚਰਵਾਹਾ, ਤੁਸੀਂ ਮੇਰੀਆਂ ਭੇਡਾਂ। ਭੇਡਾਂ ਬਣਾਇਆ ਆਪਣੇ ਉਪਾਸ਼ਕਾਂ ਨੂੰ, ਪਰ ਕਿਸੇ ਨੇ ਚੇਲਾ ਬਣਾਇਆ, ਕਿਸੇ ਨੇ ਕੁਝ, ਪਰ ਕਲਗੀਆਂ ਵਾਲੇ ਨੇ ਸਾਨੂੰ ਸਾਧ ਸੰਗਤ ਜੀ ਆਪਣਾ ਰੂਪ ਬਣਾ ਲਿਆ, ਆਪਣਾ ਰੂਪ ਦੇ ਦਿੱਤਾ। ਐਡਾ ਵੱਡਾ ਸਤਿਗੁਰੂ ਕਲਯੁਗ ਦੇ ਵਿੱਚ ਕਦੋਂ ਮਿਲੇਗਾ, ਕਦੇ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਉਸ ਵਾਹਿਗੁਰੂ ਦੇ ਦਾਸ ਹੀ, ਜਾਣਨਾ ਕਰੋ। ਯਾ ਮੈਂ ਭੇਦ ਨਾ ਰੰਚ ਪਛਾਨੋ। ਰੰਚਕ ਮਾਤਰ ਵੀ ਸਾਡਾ ਤੇ ਵਾਹਿਗੁਰੂ ਦਾ ਇਹ ਫਰਕ ਨਹੀਂ, ਪਰ ਅਸੀਂ ਆਪਣੇ ਆਪ ਨੂੰ ਦਾਸ ਹੀ ਸਮਝਿਆ ਹੈ। ਇਹ ਨਿਮਰਤਾ ਹੈ ਸਤਿਗੁਰਾਂ ਦੀ। ਮੈਂ ਹਾਂ ਪਰਮ ਪੁਰਖ ਕੋ ਦਾਸ। ਮੈਂ ਤਾਂ ਉਸ ਪਰਮ ਪਰਮਾਤਮਾ ਜੋ ਸਾਰਿਆਂ ਤੋਂ ਵੱਡਾ ਹੈ, ਪਰਿਪੂਰਨ, ਉਸ ਦਾ ਦਾਸ ਹਾਂ। ਪਰ ਆਪਾਂ ਤਾਂ ਸਤਿਗੁਰੂ ਨੂੰ ਵਾਹਿਗੁਰੂ ਦਾ ਰੂਪ ਹੀ ਸਮਝਣਾ ਹੈ। ਕਲਗੀਧਰ ਜੀ ਦੇ ਬਚਨ ਹੈ ਨਾ, ਏਕ ਰੂਪ ਕਿਨਹੂੰ ਪਹਿਚਾਨਾ, ਭਿੰਨ ਭਿੰਨ ਸਭਹੂੰ ਕਰ ਜਾਨਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਮੁਕਤੀ ਤਾਂ ਮਿਲੇਗੀ ਜੇ ਦਸਾਂ ਪਾਤਸ਼ਾਹ ਨੂੰ, ਅਕਾਲ ਪੁਰਖ ਨੂੰ ਇੱਕ ਰੂਪ ਮੰਨਾਂਗੇ। ਕਈ ਗੁਰੂ ਨਾਨਕ ਸਾਹਿਬ ਨੂੰ ਮੰਨਦੇ, ਦਸਵੇਂ ਪਾਤਸ਼ਾਹ ਨੂੰ ਨਹੀਂ ਮੰਨਦੇ, ਕਿ ਦਸਵੇਂ ਪਾਤਸ਼ਾਹ ਨਾਲ ਧਿਆਨ ਜੋੜਦੇ ਹੈ। ਮਹਾਰਾਜ ਨੇ ਟੈਂਟੇ ਨਿਬੇੜ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਰੂਪ ਕਰਕੇ ਮੰਨਣਾ।
ਦਸ ਪਾਤਸ਼ਾਹੀਆਂ ਵਿੱਚ ਗੁਰੂ ਸਾਹਿਬ ਵਿੱਚ ਪਰਮੇਸ਼ਰ ਵਿੱਚ ਕੋਈ ਭਿੰਨ ਭੇਦ ਨਹੀਂ ਜਾਣਨਾ। ਇਹ ਸ਼ਰਧਾ ਰੱਖਣੀ ਹੈ, ਜੇ ਰੱਖਾਂਗੇ ਮੁਕਤੀ ਮਿਲ ਜਾਏਗੀ, ਨਹੀਂ ਨਹੀਂ ਮਿਲੇਗੀ। ਦੇਖਣ ਆਇਓ ਜਗਤ ਤਮਾਸ਼ਾ, ਸੰਸਾਰ ਦੀ ਖੇਡ ਵੇਖਣ ਵਾਸਤੇ ਆਇਆ। ਪਿਤਾ ਜੀ ਦੀ ਕੁਰਬਾਨੀ, ਮਾਤਾ ਜੀ ਦੀ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਨਾਂ ਨੇ ਤਾਂ ਖੇਡ ਹੀ ਸਮਝੀ। ਮੇਰੇ ਸਤਿਗੁਰੂ ਨੇ ਕੀ ਕਿਹਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਐਡਾ ਵੱਡਾ ਸਤਿਗੁਰੂ ਕਿੱਥੋਂ ਮਿਲੇਗਾ? ਸਾਧ ਸੰਗਤ ਜੀ, ਪੈਗੰਬਰ ਇਬਰਾਹੀਮ ਪੁੱਤਰ ਦੀ ਬਲੀ ਦੇਣ ਵੇਲੇ ਅੱਖਾਂ ਤੇ ਪੱਟੀ ਬੰਨ ਲੈਂਦਾ ਤੇ ਪੁੱਠੀ ਛੁਰੀ ਫੇਰਨ ਲੱਗ ਜਾਂਦਾ ਸ਼ਾਹ ਰੰਗ ਤੇ, ਪੁੱਤਰ ਦੀ ਬਲੀ ਨਹੀਂ ਦੇ ਸਕਿਆ। ਮੁਹੰਮਦ ਸਾਹਿਬ ਆਪਣੇ ਦੋਤਰਿਆਂ ਦੀ ਸ਼ਹਾਦਤ ਸੁਣ ਕੇ ਨਾ ਵੈਰਾਗ ਦੇ ਅਥਰੂਆਂ ਨਾਲ ਸਾਰਾ ਦਾੜਾ ਸਾਧ ਸਿੰਘ ਜੀ ਵੈਰਾਗ ਦੇ ਅਥਰੂਆਂ ਨਾਲ ਚੋਣ ਲੱਗ ਪਿਆ ਸੀ। ਦਸ਼ਰਥ ਮਹਿਲਾਂ ਤੋਂ ਛਾਲ ਮਾਰ ਕੇ ਆਪਣੇ ਪ੍ਰਾਣਾਂ ਦਾ ਤਿਆਗ ਕਰ ਗਏ ਭਗਵਾਨ ਰਾਮ ਦੇ ਪਿਤਾ। ਪਰ ਇਹ ਕਲਗੀਆਂ ਵਾਲਾ ਸਤਿਗੁਰੂ ਸੀ, ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਕੀ ਕਹਿੰਦਾ, ਤੇਰੀ ਅਮਾਨਤ ਅਦਾ ਹੋਈ ਹੈ ਵਾਹਿਗੁਰੂ, ਤੇਰੀ ਅਮਾਨਤ ਤੇਰੇ ਚਰਨਾਂ ਦੇ ਵਿੱਚ ਅਰਪਿਤ ਕਰ ਦਿੱਤੀ ਹੈ, ਤੂੰ ਪ੍ਰਵਾਨ ਕਰ ਲੈ। ਇਹ ਬਾਜਾਂ ਵਾਲੇ ਵਰਗਾ ਐਸਾ ਨਹੀਂ ਹੋ ਸਕਦਾ। ਜੋ ਪ੍ਰਭ ਜਗਤ ਕਹਾ ਸੋ ਕਹੇ ਹੋ, ਮਹਾਰਾ ਕਹਿੰਦੇ ਜੋ ਮੇਰੇ ਪ੍ਰਭੂ ਨੇ ਕਿਹਾ ਮੈਂ ਤਾਂ ਉਹੀ ਸੰਸਾਰ ਨੂੰ ਸਿੱਖਿਆ ਦਵਾਂਗਾ ਕਹਾਂਗਾ। ਮ੍ਰਿਤ ਲੋਕ ਤੇ ਮੌਨ ਨਾ ਰਹੇ ਹੋ, ਮਾਤ ਲੋਕ ਤੋਂ ਡਰਦਾ ਚੁੱਪ ਕਰਕੇ ਨਾ ਮੌਨ ਕਰਕੇ ਨਹੀਂ ਬੈਠਾਂਗਾ। ਦੁਨੀਆ ਖੁਸ਼ਾਮਦ ਕਰਦੀ, ਸੱਚੀ ਗੱਲ ਤੋਂ ਚੁੱਪ ਕਰ ਜਾਂਦੇ, ਕਹਿ ਨਹੀਂ ਸਕਦੇ, ਪਰ ਮੈਂ ਨੀ ਮੌਨ ਰੱਖਾਂਗਾ। ਨਰਾਜ ਚੰਦ ਕਹੋ ਪ੍ਰਭੂ ਸੋ ਭਾਖ ਹੋ, ਜੋ ਮੇਰੇ ਪ੍ਰਭੂ ਨੇ ਕਿਹਾ ਮੈਂ ਉਹੀ ਬੋਲਾਂਗਾ ਕਹਾਂਗਾ। ਕਿਸੂ ਨਾ ਕਾਨ ਰੱਖ ਹੋ, ਕਿਸੇ ਦੀ ਕਾਨ ਕਨੋਟ ਨਹੀਂ ਰੱਖਾਂਗਾ, ਭੈ ਨਹੀਂ ਮੰਨਾਂਗਾ। ਕਿਸੂ ਨਾ ਭੇਖ ਪੀਜ ਹੋ, ਕਿਸੇ ਦੇ ਭੇਖਾਂ ਦੇ ਉੱਤੇ ਵੀ ਦੁਨਿਆਵੀ ਬਨਾਵਟ ਜਿਨ੍ਹਾਂ ਨੇ ਲਿਬਾਸ ਬਣਾਏ ਹੈ ਧਰਮੀ ਹੋਣ ਦੇ, ਉਹਨਾਂ ਦੇ ਉੱਤੇ ਵੀ ਭੇਜਾਂਗਾ ਨਹੀਂ, ਮੈਂ ਉਹਨਾਂ ਤੇ ਵੀ ਭਤੀਜਾਂਗਾ ਨਹੀਂ। ਐਵੇਂ ਕਿਸੇ ਤੇ ਲਿਬਾਸ ਵੇਖ ਕੇ ਹੀ ਅਗਰੇ ਦੇ ਮਗਰ ਲੱਗ ਜਾਣਾ, ਇਹ ਨਹੀਂ ਕਰਾਂਗਾ। ਅਲੇਖ ਬੀਜ ਬੀਜ ਹੋ, ਜੋ ਲੇਖੇ ਤੋਂ ਰਹੇ ਤੋ ਉਸ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਾਂਗਾ ਸਾਰਿਆਂ ਦੇ ਹਿਰਦਿਆਂ ਰੂਪ ਧਰਤੀਆਂ ਦੇ ਵਿੱਚ। ਪਖਾਣ ਪੂਜ ਹੋ ਨਹੀਂ, ਪੱਥਰਾਂ ਦੀ ਪੂਜਾ ਵੀ ਨਹੀਂ ਕਰਾਂਗੇ। ਨਾ ਭੇਖ ਪੀਜ ਹੋ ਕਹੀਂ, ਪਖੰਡ ਦੇ ਜਿਹੜੇ ਭੇਖ ਲਿਬਾਸ ਬਣਾਏ ਉਹਨਾਂ ਦੇ ਵਿੱਚ ਵੀ ਨਹੀਂ ਭੇਜਾਂਗਾ, ਕਿ ਲਿਬਾਸ ਐਸਾ ਬਣਾਉਣਾ ਦੁਨੀਆ ਸੰਤ ਮੰਨ ਕੇ। ਜਟਾ ਨਾ ਸੀਸ ਧਾਰ ਹੋ, ਆਪਣੇ ਖਾਲਸੇ ਅਤੇ ਸਿੱਖਾਂ ਦੇ ਸਿਰ ਤੇ ਬੋਹੜ ਦਾ ਦੁੱਧ ਲਵਾ ਲਵਾ ਕੇ ਜਟਾ ਵੀ ਨਹੀਂ ਬਣਵਾਵਾਂਗੇ, ਜਟਾਂ ਵੀ ਨਹੀਂ ਬਣਾਵਾਂਗੇ ਸਿੱਖਾਂ ਦੇ ਸਿਰਾਂ ਤੇ। ਸਾਬਤ ਸੂਰਤ ਰੱਬ ਦੀ ਭਰਨਾ ਬੇਈਮਾਨ, ਦਰਗਾਹ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ। ਸਾਬਤ ਸੂਰਤ ਸਿੱਧਾ ਦਾੜਾ ਕਾਠ ਕੰਘਾ ਕੇਸੀ ਚਾੜਾ, ਐਸੀ ਸਾਬਤ ਸੂਰਤ ਦਿਆਂਗੇ। ਨਾ ਮੁੰਦਰ ਕਾ ਸੁਧਾਰ ਹੋ, ਮੁੰਦਰਾਂ ਵੀ ਨਹੀਂ ਕੰਨਾਂ ਵਿੱਚ ਪਵਾਵਾਂਗੇ, ਕੰਨ ਨਹੀਂ ਪਵਾੜ, ਕੰਨ ਪਾੜ ਪਾੜ ਕੇ ਮੁੰਦਰਾਂ ਨਹੀਂ ਪਵਾਵਾਂਗੇ। ਨਾ ਕਾਨ ਕਾਹੂ ਕੀ ਧਰੋ, ਕਿਸੇ ਦੀ ਕਾਨ ਕਨੋਟ ਨਹੀਂ ਧਰਾਂਗੇ, ਰੱਖਾਂਗੇ ਨਹੀਂ ਬਿਲਕੁਲ ਹੀ। ਕਹਿਓ ਪ੍ਰਭੂ ਸੋ ਮੈਂ ਕਰੋ, ਜੋ ਮੇਰੇ ਵਾਹਿਗੁਰੂ ਨੇ ਆਗਿਆ ਕੀਤੀ ਮੈਂ ਤਾਂ ਉਹੀ ਕਰਾਂਗਾ। ਭਜੋ ਸੋ ਇੱਕ ਨਾਮਿਅੰ, ਹੈ ਗੁਰਸਿੱਖੋ ਇੱਕ ਵਾਹਿਗੁਰੂ ਦੇ ਨਾਮ ਦਾ ਭਜਨ ਕਰੋ ਅੱਠੇ ਪਹਿਰ। ਜੋ ਕੰਮ ਸਰਬ ਠਾਮਿਅੰ, ਆਖੋ ਭਾਈ ਵਾਹਿਗੁਰੂ ਤੇਰੇ ਸਾਰੇ ਕੰਮ ਹੀ ਪੂਰੇ ਹੋ ਜਾਣਗੇ ਸੰਸਾਰ ਦੇ ਤੇ ਪ੍ਰਲੋਕ ਦੇ,
ਜੇ ਵਾਹਿਗੁਰੂ ਦਾ ਨਾਮ ਭਜੇਗਾ, ਸਿਮਰਨ ਕਰੇਗਾ, ਭਜਨ ਕਰੇਗਾ, ਨਾ ਜਾਪ ਆਨ ਕੋ ਜਪੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦਾ ਨਾਮ ਨਹੀਂ ਜਪਾਂਗੇ, ਨਾ ਔਰ ਥਪ ਨਾ ਥਪੋ, ਨਾ ਹੀ ਹੋਰ ਕਿਸੇ ਦੀ ਪੂਜਾ ਵਾਸਤੇ ਕੋਈ ਇਹੋ ਜਿਹਾ ਥਾਂ ਜਾਂ ਪੂਜਾ ਦਾ ਮੰਦਰ ਨਹੀਂ ਬਣਾਵਾਂਗੇ, ਕੇਵਲ ਅਕਾਲ ਪੁਰਖ ਦੀ ਪੂਜਾ ਹੀ ਕਰਾਵਾਂਗੇ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਬੇਅੰਤ ਨਾਮ ਧਿਆਏ ਹੋ, ਮੇਰੇ ਵਾਹਿਗੁਰੂ ਦੇ ਨਾਮ ਬੇਅੰਤ ਤੋਂ ਬੇਅੰਤ ਹਨ, ਉਹਦੀ ਮਹਿਮਾ ਸਫਾਤੀ ਨਾਮ ਹਨ। ਇਸ ਕਰਕੇ ਐਸੇ ਜੋ ਨਾਮ ਧਿਆਉਂਦੇ ਹਾਂ ਉਸ ਬੇਅੰਤ ਪਰਮੇਸ਼ਰ ਦੇ ਨਾਮ ਨੂੰ, ਪਰਮ ਜੋਤ ਪਾਏ ਹੋ, ਜੋ ਜੋਤੀ ਸਰੂਪ ਸਾਰਿਆਂ ਤੋਂ ਵੱਡਾ ਉਸੇ ਦੀ ਪ੍ਰਾਪਤੀ ਹੁੰਦੀ ਹੈ ਨਾਮ ਧਿਆਉਣ ਦੇ ਨਾਲ, ਨਾ ਧਿਆਨ ਆਨ ਕੋ ਧਰਾਂ, ਹੋਰ ਕਿਸੇ ਦਾ ਧਿਆਨ ਵੀ ਨਹੀਂ ਧਾਰਾਂਗੇ ਵਾਹਿਗੁਰੂ ਤੋਂ ਬਿਨਾਂ, ਨਾ ਨਾਮ ਆਨ ਉਚਰਾਂ, ਹੋਰ ਕਿਸੇ ਦਾ ਨਾਮ ਵੀ ਨਹੀਂ ਰਸਨਾ ਤੋਂ ਉਚਾਰਾਂਗੇ, ਤਵਕ ਨਾਮ ਰਤੀਅੰ, ਤੇਰੇ ਨਾਮ ਦੇ ਵਿੱਚ ਰੰਗੇ ਜਾਵਾਂਗੇ, ਭਿੱਜ ਜਾਂਗੇ ਪ੍ਰੇਮ ਦੇ ਵਿੱਚ, ਨਾ ਆਨ ਮਾਨ ਮਤਿਅੰ, ਹੋਰ ਕਿਸੇ ਦੀ ਮਾਨ ਮਰਿਆਦਾ ਵਿੱਚ ਨਹੀਂ ਮਤਾਂਗੇ, ਮਸਤ ਨਹੀਂ ਹੋਵਾਂਗੇ, ਪਰਮ ਧਿਆਨ ਧਾਰੀਅੰ, ਪਰਮ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਹੀ ਧਾਰਾਂਗੇ, ਜੋ ਸਤ ਚਿੱਤ ਆਨੰਦ ਜਿਸ ਨੂੰ ਸਤਿਗੁਰ ਪ੍ਰਸਾਦ ਕਿਹਾ ਹੈ, ਅਨੰਤ ਪਾਪ ਟਾਰੀਅੰ, ਇਹਦਾ ਧਿਆਨ ਧਾਰਨ ਨਾਲ ਅਨੰਤ ਪਾਪ ਨਾਸ ਹੋ ਜਾਂਦੇ ਹੈ, ਤੁਮੇਵ ਰੂਪ ਰਾਚਿਅੰ, ਟਲ ਵੀ ਜਾਂਦੇ ਹੈ, ਦੁੱਖ ਵੀ ਟਲ ਜਾਂਦੇ ਹੈ, ਜਿਹੜੇ ਤੇਰੇ ਸਤਿਚਿਤ ਆਨੰਦ ਰੂਪ ਦੇ ਵਿੱਚ ਰਚ ਜਾਂਦੇ, ਮਿਲ ਜਾਂਦੇ ਆ ਨਾਮ ਜਪ ਕੇ, ਨਾ ਆਨ ਦਾਨ ਮਾਚਿਅੰ, ਉਹ ਹੋਰ ਕਿਸੇ ਕੋਲੋਂ ਦੁਨੀਆਂ ਦੇ ਸੁੱਖਾਂ ਦੀਆਂ ਦਾਨ ਦਾਤਾਂ ਨਹੀਂ ਮੰਗਦੇ, ਨਾ ਕਿਸੇ ਹੋਰ ਦੇ ਵਿੱਚ ਜਾ ਕੇ ਆਨ ਹੋਰਾਂ ਦੇ ਵਿੱਚ ਜਾ ਕੇ ਮਾਚਿੰਗ ਮਿਲਦੇ ਨਹੀਂ ਹਨ, ਭਾਵ ਹੋਰਾਂ ਦੇ ਵਿੱਚ ਜਾ ਕੇ ਉਹ ਰਲਗੱਡ ਨਹੀਂ ਹੁੰਦੇ ਕਦੇ ਵਾਸਤੇ ਵੀ, ਐਸੇ ਦਾਨੇ ਪੁਰਸ਼ ਹਨ ਦਾਨਾਈ ਵਾਲੇ, ਤਵਕ ਨਾਮ ਉਚਾਰੀਅੰ, ਜਿਹੜਾ ਤੇਰੇ ਨਾਮ ਨੂੰ ਉਚਾਰਦਾ ਹੈ ਵਾਹਿਗੁਰੂ ਨੂੰ, ਅਨੰਤ ਦੁੱਖ ਟਾਰੀਅੰ, ਇਹ ਸੱਚੇ ਪਾਤਸ਼ਾਹ ਤੇਰੇ ਨਾਮ ਦੀ ਇਹ ਮਹਿਮਾ ਉਹਨਾਂ ਦੇ ਅਨੰਤ ਦੁੱਖਾਂ ਨੂੰ ਨਾਸ ਕਰ ਦਿੰਦਾ ਹੈ, ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ, ਇਹ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਹੈ ਸੁਰਤ ਦੁਆਰਾ, ਦੁੱਖ ਪਾਪ ਤਿੰਨ ਨਿਕਟ ਨਾ ਆਇਆ, ਸੰਸਾਰ ਦੇ ਦੁੱਖ ਜੰਮਣ ਮਰਨ ਦੇ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦੇ, ਜੇ ਜੇ ਔਰ ਧਿਆਨ ਕੋ ਤਰਹੀ, ਜਿਹੜੇ ਰੱਬ ਦਾ ਧਿਆਨ ਛੱਡ ਕੇ ਪ੍ਰਮਾਤਮਾ ਵਾਹਿਗੁਰੂ ਦਾ ਧਿਆਨ ਛੱਡ ਕੇ ਹੋਰਾਂ ਦਾ ਧਾਰਦੇ ਹੈ, ਬਹਿਸ ਬਹਿਸ ਬਾਦਨ ਤੇ ਮਰਹੀ, ਆਪਸ ਵਿੱਚ ਝਗੜੇ ਬਾਦ ਕਰਦੇ ਹੈ, ਵਤੰਡਾ ਬਾਦ ਕਰਦੇ ਤੇ ਝਗੜਦੇ ਮਰਦੇ, ਕੋਈ ਕਹਿੰਦਾ ਮੇਰਾ ਇਸ਼ਟ ਵੱਡਾ, ਕੋਈ ਕਹਿੰਦਾ ਮੇਰਾ ਵੱਡਾ, ਦੂਜੇ ਨੂੰ ਨੀਵਾਂ ਦਿਖਾਉਣ ਲਈ ਉਹਦੀ ਨਿੰਦਿਆ ਕਰਦੇ, ਆਪਣੇ ਦੀ ਉਸਤਤ ਕਰਦੇ ਹੈ, ਇਹਨਾਂ ਬਾਦਾਂ ਝਗੜਿਆਂ ਵਿੱਚ ਹੀ ਮਰ ਜਾਂਦੇ ਹੈ, ਹਮ ਇਹ ਕਾਜ ਜਗਤ ਮੋਹ ਆਏ, ਮਹਾਰਾ ਕਹਿੰਦੇ ਅਸੀਂ ਤਾਂ ਇਸ ਕਾਰਜ ਲਈ ਸੰਸਾਰ ਵਿੱਚ ਆਏ ਹਾਂ, ਧਰਮ ਹੇਤ ਗੁਰਦੇਵ ਪਠਾਏ, ਗੁਰਦੇਵ ਵਾਹਿਗੁਰੂ ਜੀ ਨੇ ਧਰਮ ਦੀ ਰੱਖਿਆ ਵਾਸਤੇ, ਗੁਰਸਿੱਖੀ ਧਰਮ ਖਾਲਸਾ ਧਰਮ ਚਲਾਉਣ ਵਾਸਤੇ ਭੇਜਿਆ ਹੈ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਸਾਨੂੰ ਆਗਿਆ ਜਿੱਥੇ ਕਿੱਥੇ ਜਾ ਕੇ ਖਾਲਸਾ ਗੁਰਸਿੱਖੀ ਧਰਮ ਨੂੰ ਹੀ ਸੰਸਾਰ ਵਿੱਚ ਫੈਲਾਉਣਾ ਪ੍ਰਵਿਰਤ ਕਰਨਾ ਹੈ, ਦੁਸ਼ਟ ਦੋਖੀ ਅਨਪਕਰ ਪਛਾਰੋ, ਧਰਮ ਦੇ ਦੋਖੀ ਅਤੇ ਦੁਸ਼ਟ ਜਿਹੜੇ ਪਾਪੀ ਜ਼ਾਲਮ ਹਨ ਉਹਨਾਂ ਨੂੰ ਪਕੜ ਪਕੜ ਕੇ ਪਿੱਛੇ ਪਛਾੜ ਦੇਣਾ, ਨਾਸ਼ ਕਰ ਦੇਣਾ ਹੈ, ਦਸ ਦਸ ਹਜ਼ਾਰ ਦੇ ਵਿੱਚ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਇੱਕ ਇੱਕ ਤੀਰ ਕੱਢ ਦਿੱਤਾ,
ਐ ਜਾਲਮਾਂ ਦਾ ਨਾਸ਼ ਕੀਤਾ। ਯਹੀ ਕਾਰਜ ਧਰਾ ਹਮ ਜਨਮ, ਇਹੀ ਕਾਰਜ ਸਾਡਾ ਮਾਤ ਲੋਕ ਤੇ ਅਵਤਾਰ ਧਾਰਨ ਦਾ ਮਕਸਦ। ਸਮਝ ਲਿਓ ਸਾਧੂ ਸਭ ਮਨ ਮੰਨ, ਇਹ ਸਾਧੂ ਸਾਧੂ ਆਤਮਾ ਵਾਲੇ ਪਵਿੱਤਰ ਆਤਮਾ ਵਾਲੇ ਮਹਾਂਪੁਰਖੋ ਸਾਧੂਓ ਗੁਰਮੁਖੋ ਪ੍ਰਭੂ ਦੇ ਪਿਆਰਿਓ ਮਨ ਵਿੱਚ ਸਮਝ ਲਓ, ਤੁਹਾਡੀ ਵੀ ਰੱਖਿਆ ਕਰਾਂਗੇ ਅਤੇ ਧਰਮ ਦੀ ਵੀ ਰੱਖਿਆ ਕਰਾਂਗੇ। ਧਰਮ ਚਲਾਵਨ ਸੰਤ ਉਬਾਰਨ, ਧਰਮ ਨੂੰ ਚਲਾਉਣਾ, ਜਿਹੜੇ ਧਰਮ ਦੇ ਰਸਤੇ ਤੇ ਚੱਲਦੇ ਉਹਨਾਂ ਸੰਤਾਂ ਨੂੰ ਬਚਾਉਣਾ, ਧਰਮ ਦੇ ਧਾਰੀ ਸੰਤਾਂ ਦੀ ਰੱਖਿਆ ਕਰਨੀ ਹੈ। ਦੁਸ਼ਟ ਸਭਨ ਕੋ ਮੂਲ ਉਪਾਰਨ, ਜਿਹੜੇ ਦੁਸ਼ਟ ਜ਼ਾਲਮ ਉਹਨਾਂ ਨੂੰ ਮੂਲ ਮੁੱਢ ਤੋਂ ਉਹਨਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ, ਖਾਰੇ ਸਮੁੰਦਰ ਵਿੱਚ ਪਾ ਦੇਣੀਆਂ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਰਾਏਕੋਟ ਦੀ ਧਰਤੀ ਤੇ, ਮੇਰੇ ਸਤਿਗੁਰੂ ਮਹਾਰਾਜ ਜੀ ਪਹਿਲਾਂ 20-21 ਦਿਨ ਸੱਚੇ ਪਾਤਸ਼ਾਹ 20-21 ਰਹੇ ਦਿਨ ਲੰਮੇ ਲੰਮੇ ਜੱਟਪੁਰੇ ਵਿੱਚ ਮੇਰੇ ਸਤਿਗੁਰੂ ਜੀ 20-21 ਦਿਨ ਰਹੇ। ਉਸ ਅਸਥਾਨ ਦੀ ਸੇਵਾ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਉਹਨਾਂ ਨੇ ਆਪ ਆਗਿਆ ਦੇ ਕੇ ਕਰਵਾਈ। ਉੱਥੇ 20-21 ਦਿਨ ਮਹਾਰਾਜ ਰਹੇ ਔਰ ਕਾਹੀ ਦੇ ਬੂਟੇ ਦੀ ਜੜ੍ਹ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਾਏਕੋਟ ਦੀ ਧਰਤੀ ਤੇ ਪੁੱਟੀ ਨਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਕਹਿਣ ਲੱਗੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ, ਹੁਣ ਜ਼ੁਲਮੀ ਰਾਜ ਦੀ ਜੜ੍ਹ ਨਹੀਂ ਇਸ ਧਰਤੀ ਤੇ ਲੱਗੀ ਰਹੇਗੀ, ਮੁੜ ਕੇ ਲੱਗੀ ਨਹੀਂ ਸਾਧ ਸੰਗਤ ਜੀ ਅੱਜ ਤੱਕ। ਕਿਉਂ? ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸੱਚੇ ਪਾਤਸ਼ਾਹ ਨੇ। ਜਿਹੜੇ ਅੱਜ ਮੰਦਰਾਂ ਦੇ ਵਿੱਚ ਟੱਲ ਵੱਜਦੇ ਹੈ, ਪੂਜਾ ਹੁੰਦੀ ਹੈ, ਜਾਂ ਇਉਂ ਕਹਿ ਲਓ ਸਾਰੇ ਧਰਮਾਂ ਨੂੰ ਇਸ ਧਰਤੀ ਤੇ ਜੇ ਸਨਮਾਨ ਮਿਲ ਗਿਆ ਨਾ, ਸਾਰੇ ਧਰਮਾਂ ਦੀ ਹੋਂਦ ਬਚ ਗਈ, ਇਹ ਪਰਉਪਕਾਰ ਮੇਰੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਸੰਗਤ ਜੀ ਉਹਨਾਂ ਦੇ ਪਰਉਪਕਾਰ ਕਰਕੇ ਦੁਨੀਆਂ ਵਿੱਚ ਸਾਰੇ ਧਰਮਾਂ ਦੀ ਰੱਖਿਆ ਹੋ, ਸਾਰੇ ਧਰਮ ਹੀ ਬਚ ਕੇ ਜ਼ਾਲਮਾਂ ਦਾ ਨਾਸ ਹੋ ਗਿਆ। ਸੋ ਸਤ ਸੰਗਤ ਜੀ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਦੇ ਬਚਨ, ਉਹਨਾਂ ਦੀ ਆਪਣੀ ਆਤਮ ਕਥਾ, ਸੰਸਾਰ ਵਿੱਚ ਮਾਤ ਲੋਕ ਤੇ ਪਹਿਲਾ ਇਹ ਪੂਰਨਾ ਆਪਣੀ ਆਤਮ ਕਥਾ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਇਆ, ਨਹੀਂ ਤਾਂ ਜਿੰਨੇ ਪੀਰ ਪੈਗੰਬਰ ਅਵਤਾਰ ਉਹਨਾਂ ਦੀ ਆਪਣੀ ਲਿਖੀ ਆਤਮ ਕਥਾ ਜੀਵਨ ਗਾਥਾ ਨਹੀਂ, ਸੰਸਾਰ ਵਿੱਚ ਲੱਭਦੀ ਨਹੀਂ ਨਾ ਹੀ ਮਿਲਦੀ ਹੈ। ਇਹ ਕਲਗੀਆਂ ਵਾਲੇ ਸਤਿਗੁਰੂ ਦਾ ਤਰਸ ਹੈ, ਕਿਰਪਾ ਹੈ। ਪਰ ਸਾਧ ਸੰਗਤ ਜੀ, ਮਨਮੁਖ ਲੋਕ ਜੇ ਅੱਜ ਵੀ ਮੇਰੇ ਸਤਿਗੁਰੂ ਦੀ ਇਸ ਮਹਾਨ ਰਚਨਾ 'ਤੇ ਕੋਈ ਸ਼ੰਕਾ ਕਰਦੇ ਆ, ਫਿਰ ਤਾਂ ਉਹ ਨਰਕਾਂ ਦੇ ਭਾਗੀ ਹੈ। ਨਰਕਾਂ ਵਿੱਚ ਵੀ ਨਹੀਂ ਐਸੇ ਮਨਮੁੱਖਾਂ ਨੂੰ ਥਾਂ ਮਿਲੇਗਾ ਨਾ ਢੋਹੀ ਮਿਲੇਗੀ। ਸੋ ਆਪਾਂ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠਣ ਦਾ ਨਿੱਘ ਮਿਲਿਆ ਅਤੇ ਉਹਨਾਂ ਦੇ ਬਚਨ ਸੁਣਨ ਦਾ ਸੁਭਾਗ ਮਿਲਿਆ। ਆਪਣੇ ਬਚਨ ਕਲਗੀਧਰ ਪਾਤਸ਼ਾਹ ਜੀ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੇ ਬਚਨ ਬਲਾਸ ਹੋਏ ਹੈ, ਸਾਡੀ ਹਾਜ਼ਰੀ ਦਰਗਾਹ ਸੱਚਖੰਡ ਵਿੱਚ ਲੱਗੀ ਹੈ। ਸੋ ਸਾਧ ਸੰਗਤ ਜੀ, ਆਪਾਂ ਵੱਡਿਆਂ ਭਾਗਾਂ ਵਾਲੇ ਹਾਂ। ਸਾਰੀਆਂ ਸੰਗਤਾਂ ਨੂੰ ਮੇਰੇ ਸਾਹਿਬਾਂ ਦੇ ਅਵਤਾਰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਸਾਧ ਸੰਗਤ ਜੀ, ਅਗਲਾ ਪ੍ਰੋਗਰਾਮ ਜੋ ਨਿਯਤ ਕੀਤਾ ਹੈ, ਪੰਥ ਦੇ ਪ੍ਰਸਿੱਧ ਰਾਗੀ ਜਥੇ, ਵਿਦਵਾਨ, ਗੁਣੀ, ਗਿਆਨੀ, ਸਾਰੇ
ਸੱਤ ਪੁਰਸ਼ਾਂ ਨੇ ਤੁਹਾਡੇ ਦਰਸ਼ਨ ਕਰਨੇ ਆ। ਮੈਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਜਿਨ੍ਹਾਂ ਨੇ ਦਾਸ ਨੂੰ ਆਗਿਆ ਕੀਤੀ, ਪਿਛਲੇ ਸਾਲਾਂ ਤੋਂ ਸਿੰਘ ਸਾਹਿਬ ਜੀ ਦਾ ਹੁਕਮ ਹੈ ਕਿ ਸਤਿਗੁਰੂ ਕਲਗੀਧਰ ਦੇ ਇਸ ਮਹਾਨ ਅਵਤਾਰ ਪ੍ਰਕਾਸ਼ ਗੁਰਪੁਰਬ 'ਤੇ ਹਾਜ਼ਰੀ ਭਰਨੀ ਹੈ। ਸੋ ਸਿੰਘ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੈ, ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਦਾ ਅਤੇ ਜਿੰਨੇ ਵੀ ਤਖ਼ਤ ਸਾਹਿਬ ਜੀ ਦੇ ਪੰਜ ਪਿਆਰੇ ਸਹਿਬਾਨ ਹਨ, ਇਸੇ ਤਰ੍ਹਾਂ ਕਥਾਵਾਚਕ ਸਿੰਘ ਸਹਿਬਾਨ ਹਨ, ਸਤਿਕਾਰਯੋਗ ਗਿਆਨੀ ਚਰਨਜੀਤ ਸਿੰਘ ਜੀ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪ੍ਰਮੁੱਖ ਕਥਾਵਾਚਕ ਹਨ, ਉਚੇਚੇ ਤੌਰ 'ਤੇ ਇਸ ਅਸਥਾਨ 'ਤੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਵਾਲੇ, ਜਿਨ੍ਹਾਂ ਨੇ ਇਸ ਤਖ਼ਤ ਸਾਹਿਬ ਜੀ ਦੀ ਸੇਵਾ ਕਰਵਾਈ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਤੋਂ ਭਰੋਸਾ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਠੱਟੇ ਵਾਲੇ ਉਹ ਵੀ ਪਹੁੰਚੇ ਹੈ, ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਵੀ ਹਾਜ਼ਰੀ ਭਰ ਕੇ ਗਏ ਹੈ, ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਉਹ ਵੀ ਲੰਗਰਾਂ ਦੀ ਸੇਵਾ ਵਿੱਚ ਲੱਗੇ ਹੋਏ ਹੈ, ਹੋਰ ਵੀ ਸਾਧ ਸੰਗਤ ਜੀ ਤਖ਼ਤ ਸਾਹਿਬਾਨ ਜੀ ਦੇ ਸਾਰੇ ਸੇਵਾਦਾਰ ਸੰਗਤ ਦੇ ਵਿੱਚ ਹਾਜ਼ਰ ਹਨ। ਸਾਰਿਆਂ ਦੇ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ, ਗਿਆਨੀ ਸੁਖਦੇਵ ਸਿੰਘ ਜੀ ਹੋਰ ਜਿੰਨੇ ਵੀ ਕਥਾਵਾਚਕ ਹਨ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਹੈ। ਮੁੰਬਈ ਤੋਂ ਬਹੁਤ ਹੀ ਸਨਮਾਨਯੋਗ ਸਰਦਾਰ ਜਸਪਾਲ ਸਿੰਘ ਜੀ ਸਿੱਧੂ, ਚੇਅਰਮੈਨ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ, ਉਹ ਵੀ ਉਚੇਚੇ ਤੌਰ 'ਤੇ ਪਹੁੰਚੇ ਹੈ। ਇਸੇ ਤਰ੍ਹਾਂ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਖ ਵੀ ਹਾਜ਼ਰੀਆਂ ਭਰ ਰਹੇ ਹੈ, ਸ਼ਹੀਦ ਪਰਿਵਾਰ ਵੀ ਹਾਜ਼ਰੀਆਂ ਭਰ ਰਹੇ ਹੈ। ਇਸੇ ਤਰ੍ਹਾਂ ਸਾਰੀ ਦੁਨੀਆ ਦੇ ਵਿੱਚੋਂ, ਦੁਨੀਆ ਭਰ ਦੇ ਕੋਨੇ ਕੋਨੇ ਵਿੱਚੋਂ ਸਿੱਖ ਸੰਗਤਾਂ ਪਹੁੰਚੀਆਂ, ਸੰਤ ਬਾਬਾ ਅਮੀਰ ਸਿੰਘ ਜੀ ਜਵੱਦੀ ਵਾਲੇ ਵੀ ਪਹੁੰਚੇ ਹੈ, ਸਭ ਦਾ ਹੀ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਕੱਲ੍ਹ ਨੂੰ ਇਸੇ ਤਰ੍ਹਾਂ ਫਿਰ ਸਤਿਗੁਰੂ ਜੀ ਦੇ ਇਸੇ ਹੀ ਪਾਵਨ ਜੀਵਨ ਕੌਤਕਾਂ ਦੀ ਕਥਾ ਹੋਏਗੀ ਔਰ ਸਾਰੀਆਂ ਸੰਗਤਾਂ ਨੇ ਹੁੰਮ ਹੁਮਾ ਕੇ ਪਹੁੰਚਣਾ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੰਗਤ ਜੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤਖ਼ਤ ਸਾਹਿਬ ਜੀ ਤੋਂ ਅੰਮ੍ਰਿਤ ਤੋਂ ਬਿਨਾਂ ਨਾ ਜਾਇਓ, ਜਿਹੜੇ ਰੋਮਾਂ ਦੀ ਬੇਅਦਬੀ ਕਰਦੇ ਹੈ। ਸੋ ਉਹ ਭਾਈ ਸਾਬਤ ਸੂਰਤ ਕੇਸ ਰੱਖੋ, ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ ਔਰ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ। ਸਤਿਕਾਰਯੋਗ ਗਿਆਨੀ ਚਰਨਜੀਤ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਵੀ ਔਰ ਜਿਨ੍ਹਾਂ ਉੱਤੇ ਬੜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਸੰਗਤ ਜੀ, ਉਹਨਾਂ ਨੂੰ ਜਿੱਥੋਂ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਹੋਈ, ਤੱਕ ਸ੍ਰੀ ਕੇਸਗੜ੍ਹ ਸਾਹਿਬ ਸੰਗਤਾਂ ਨੂੰ ਕਥਾ ਸੁਣਾਉਂਦੇ ਹੈ ਔਰ ਹਰ ਸਾਲ ਇਸ ਪਾਵਨ ਤਖ਼ਤ ਸਾਹਿਬ 'ਤੇ ਆ ਕੇ ਸੰਗਤਾਂ ਨੂੰ ਕਥਾ ਨਾਲ ਨਿਹਾਲ ਕਰਦੇ। ਬਹੁਤ ਸੁੰਦਰ ਕਥਾ ਵਿਚਾਰ, ਵਿਧਵਤਾ ਭਰਪੂਰ ਵਿਚਾਰ ਉਹਨਾਂ ਨੇ ਤੁਹਾਨੂੰ ਸੁਣਾਉਣੀ ਹੈ ਔਰ ਉਹਨਾਂ ਦੀ ਪਵਿੱਤਰ ਰਸਨਾ ਤੋਂ ਕਲਗੀਧਰ ਪਾਤਸ਼ਾਹ ਮੇਰੇ ਸਤਿਗੁਰੂ ਜੀ ਦਾ ਜਸ ਆਪਾਂ ਪੂਰੀ ਇਕਾਗਰਤਾ ਦੇ ਨਾਲ ਗਿਆਨੀ ਚਰਨਜੀਤ ਸਿੰਘ ਜੀ ਦੀ ਰਸਨਾ ਤੋਂ ਸਰਵਣ ਕਰਨਾ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਧਰਮ ਚਲਾਵਨ ਸੰਤ ਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।